ਹਾਂਜੀ ਅਸਲਾਮੁਅਲੈਕਮ ਤੁਸੀਂ ਦੇਖ ਰਹੇ ਹੋ ਪਿਛਲੀ ਪੰਜਾਬੀ ਇਲਜੀ ਮੈਂ ਵੀਡੀਓ ਲੱਗ ਹੈ ਜਿਹਦੇ ਤੁਸੀਂ ਸ਼ੇਅਰ ਕਰਾਂਗੇ ਚੈਪਟਰ ਨੰਬਰ 6 ਹੈ ਚਿਕੂਚੀ ਕਮੂਨੇ ਦਾ ਤੇ ਚਿਕੂਚੀ ਕਮੂਨੇ ਦਾ ਚੈਪਟਰ ਨੰਬਰ 6 ਔਰ ਪਾਰਟ ਹੈਗਾ 1 ਚਿਕੂਚੀ ਕਮੂਨੇ ਦਾ ਚੈਪਟਰ ਸ਼ੇਅਰ ਪਾਰਟ 1 ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਕਮਸ ਕਮ ਉਹਨਾਂ ਬੰਦੇ ਤੱਕ ਜ਼ਰੂਰ ਸ਼ੇਅਰ ਕਰਨਾ ਜਿਨ੍ਹਾਂ ਨੇ ਬੀ ਕੀਤਾ ਹੋਇਆ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਕਿ ਸੀ ਕਰਨਾ ਵੀ ਔਖਾ ਨਹੀਂ ਹੈ ਵੀ ਤੇ ਸੀ ਕਰਨਾ ਨਹੀਂ ਔਖਾ ਔਰ ਚਿਕੂਚੀ ਉਹਦੇ ਨਾਲੋਂ ਵੀ ਵੱਧ ਸੌਖਾ ਵੇ ਤੇ ਸ਼ੁਰੂ ਕਰਦੇ ਹਾਂ ਜੀ ਚੈਪਟਰ ਨੰਬਰ 6 ਜੀ ਕੁਜੀ ਕਮੂਨੇ ਦਾ ਤੇ ਜਿਹੜਾ ਰੈਗੂਲਮੈਂਟ ਤੇ ਚੀਜ਼ ਰ ਕਾਨੂੰਨ ਹੈਗਾ ਜੀ ਈ ਨੰਬਰ 561 12 2006 ਇਹਦੇ ਬਾਰੇ ਅਸੀਂ ਗੱਲ ਕਰਾਂਗੇ ਕੀ ਹੈ ਜੀ ਇਹ ਜੀ ਤਾਂ ਕਿ ਗ੍ਰਾਫਿਕੋ ਓਬਲੀ ਟਾਕੀ ਗ੍ਰਾਫੋ ਓਬਲੀਗੋ ਟੋਰੀਓ ਜਿਹਦੇ ਵਿੱਚ ਜਿਹੜਾ ਕਿ ਲਾਜ਼ਮੀ ਕਰਦਾ ਸਾਡੇ ਤੇ ਤਾਂ ਕਿ ਗ੍ਰਾਫੋ ਓਬਲੀਗੋ ਟੋਰੀਓ ਜਿਹੜਾ ਕਿ ਲਾਜ਼ਮੀ ਕਰਦਾ ਕਿ ਸੀ ਤੱਕ ਗ੍ਰਾਫ ਹੋ ਜ਼ਯੂਜ਼ ਕਰਨਾ ਹੈ ਤਾਂ ਕਿ ਗ੍ਰਾਫ ਵਾ ਵਗੈਰ ਗੱਡੀ ਨਹੀਂ ਚਲਾਂਦੀ ਬੇਸਿਕਲੀ ਕਿਦੇ ਲਈ ਹੁੰਦਾ ਹੈ ਐਮ ਸੀ ਪੀ ਸੀ ਮਾਸਾ ਕੰਪਲੈਸਿਵਾ ਪੇਜ਼ੋ ਪੇਜ਼ੋ ਕਾਰੀ ਕੋ ਸੁਪਰੀ ਉਹ ਸੜਦਰਾਂ ਜਿਹੜੀ ਗੱਡੀਆਂ 3.5 ਟਨ ਸੁਪਰ ਉੱਪਰ ਹੋਣਗੀਆਂ ਉਹਨਾਂ ਨੂੰ ਲਾਜ਼ਮੀ ਹੋ ਜਾਂਦਾ ਉਹ ਬਿਲਕੁਲ ਧੋਰੀ ਹੋ ਜਾਂਦਾ ਜਿਵੇਂ ਕਿ ਅਸੀਂ ਸੀ ਦੇ ਵਿੱਚ ਪਹਿਲਾ ਚੈਪਟਰ ਹੈ ਉਹਦੇ ਵਿੱਚ ਪੜਿਆ ਹੋਇਆ ਡਿਟੇਲ ਦੇ ਨਾਲ ਕਿ ਜਿਹੜੀ ਗੱਡੀ ਐਮ ਸੀ ਪੀ ਸੀ ਮਾਸਾ ਕੰਪਲੈਸਿਵਾ ਐਮ ਸੀ ਪੀ ਸੀ ਗਾਲ ਵਗੈਰਾ ਨਹੀਂ ਸਮਝਣੀ ਕੋਈ ਮਾਸਾ ਕੰਪਲੈਸਿਵਾ ਪੇਜ਼ੋ ਕਾਰੀ ਕੋ ਹੁੰਦਾ ਹੈ ਸੁਪਰੀਅਰ ਸੜਤ ਰੰਜੀ ਦਾ ਗੱਡਾ ਗੱਡੀ ਦਾ ਵਜ਼ਨ 3.5 ਟਨ ਤੋਂ ਉੱਪਰ ਉੱਪਰ ਹੋਵੇਗਾ ਉਹ ਗੱਡੀ ਜਿਹੜੀ ਹੈ ਉਹਨੂੰ ਆਬਲੀਗਟਰੀ ਹੋ ਜਾਏਗਾ ਤਰ ਟਾਕੋਗ੍ਰਾਫੋ ਆਬਲੀਗਟਰੀ ਯਾਨੀ ਕਿ ਕਾਰਟਾ ਟਾਕੋਗ੍ਰਾਫ ਹੋਵੇ ਜਿਹੜਾ ਹੁੰਦਾ ਹੈ ਜਾਂ ਫਿਰ ਕਾਰਟਾ ਟਾਕੋਗ੍ਰਾਫਿਕੋ ਪੁਰਾਣੀ ਕਢੀ ਜੀ ਹੁੰਦੇ ਉਹਨੂੰ ਡਿਸਕਾਲਰ ਸਿਸਟਮ ਅੰਦਰ ਡਿਸਕ ਵਿੱਚ ਰੱਖਣਾ ਕਿ ਲਿਮਿਟਡ ਟਾਈਪ ਦੇ ਆਵਰ ਜਿਹੜੇ ਨੇ ਅਸੀਂ ਕੰਮ ਕਰਦੇ ਹਾਂ ਨਾਰਮਲ ਜਨਰਲ 9 ਘੰਟੇ ਦਿੰਦੇ ਮੈਕਸਿਮਮ 2 ਦਿਨਾਂ ਵਿੱਚ 10 ਘੰਟੇ ਦਿੰਦੇ ਦੇ ਜਿਹਦੇ ਵਿੱਚ ਸਾਰੇ ਜਿਵੇਂ ਕਸਟ ਕਨਸਟੈਂਟਲੀ ਅਸੀਂ ਚਲਾਣੀ ਹੈ ਗੱਡੀ ਤੇ ਅਸੀਂ ਉਹਦੇ ਵਿੱਚ 4.5 ਘੰਟੇ ਮੁਸਲਸਲ ਗੱਡੀ ਚਲਾ ਸਕਦੇ ਹਾਂ ਉਹਦੇ ਤੋਂ ਬਾਅਦ ਅਸੀਂ 45 ਮਿੰਟ ਰਿਪੋਜ਼ ਕਰਨਾ ਹੀ ਕਰਨਾ ਹੁੰਦਾ ਹੈ ਜਾਂ ਫਿਰ ਦੋ ਫਰਾਜ਼ੀ ਦੇ ਵਿੱਚ ਤਕਸੀਮ ਕਰੀਏ ਅਸੀਂ ਰਿਪੋਜ਼ੋ ਤੇ ਪਹਿਲਾ ਰਿਪੋਜ਼ੋ ਅਸੀਂ ਦੋ ਤਿੰਨ ਘੰਟੇ ਬਾਅਦ 15 ਮਿੰਟ ਕਰਨਾ ਹੁੰਦਾ ਦੂਸਰਾ ਰਿਪੋਜ਼ੋ ਅਸੀਂ ਦੋ ਤਿੰਨ ਘੰਟੇ ਬਾਅਦ ਅੱਧਾ ਘੰਟਾ ਕਰਨਾ ਹੁੰਦਾ ਤੇ ਜਿਹੜਾ ਕਿ ਅਸੀਂ ਸੀ ਦੇ ਪਹਿਲੇ ਚੈਪਟਰ ਵਿੱਚ ਪੜਿਆ ਹੋਇਆ ਹੈ ਅੱਗੇ ਪਜੀਦ ਮੈਂ ਡਿਟੇਲ ਨਾਲ ਤੁਹਾਨੂੰ ਦੱਸਾਂਗਾ ਕਿੰਨੇ ਕਿਨਾਂ ਕਿਨਾਂ ਲਈ ਲਾਜ਼ਮੀ ਹੈ ਜੀ ਤਾਂ ਗ੍ਰਾਫ ਹੋ ਗਲੀ ਦੋਰੀਓ ਮੈਨ ਸੀ ਪੀ ਸੀ ਮਾਸ ਕੰਪਲੈਸਿਵ ਆ ਪੈਨੋ ਕਾਰੀ ਕੋ ਸਾਢੇ 3.5 ਇਹ ਟਰੱਕ ਵਗੈਰਾ ਨੂੰ ਕੋਲੀ ਸਮਾਨ ਟਰਾਂਸਪੋਰਟ ਕਰਨ ਵਾਲੀਆਂ ਗੱਡੀਆਂ ਸਾਢੇ 3.5 ਉੱਪਰ ਉੱਪਰ ਨੇ ਔਰ ਜਾਂ ਫਿਰ ਜਿਹੜੀਆਂ ਗੱਡੀਆਂ 9 ਤੋਂ ਪਲੱਸ ਪਰਸੋਨ ਨੇ ਪਲੱਸ ਯਾਨੀ ਕਿ 9 ਤੋਂ ਵੱਧ ਬੰਦੇ ਜਿਹਦੇ ਕਿਉਂਕਿ ਮੈਕਸਮਮ 9 ਹੈ 9 ਪਰਸੋਨ ਜਿਹੜੇ ਨਹੀਂ ਕੰਪਰੈਸ ਹੋ ਕੰਦ ਜੈਂਦੇ ਉਹ ਦੂਜੀ ਕੈਟਾਗਰੀ ਜਾ ਜਾਂਦੇ ਆ ਯਾਨੀ ਕਿ 9 ਤੋਂ ਵੱਧ ਬੰਦੇ ਹੋਏ ਕੰਪਰੈਸ ਹੋ ਕੰਦ ਜੈਂਦੇ ਡਰਾਈਵਰ ਸਮੇਤ ਯਾਨੀ ਕਿ 10 ਯਾਤਰੀ ਜਿੰਨੇ ਮਰਜ਼ੀ ਬੰਦੇ ਹੋ ਜਾਣ ਨੋ ਤੂੰ ਵੱਧ ਹੋ ਜਾਣਾ ਤਾਂ ਉਹਦੇ ਲਈ ਵੀ ਫਿਰ ਟਾਕੋਗ੍ਰਾਫ ਆਬਲੀਗਟਰੀ ਹੋ ਜਾਂਦਾ ਹੈ ਜਿਵੇਂ ਕਿ ਸਾਨੂੰ ਪਤਾ ਹੈ ਇਹਦੇ ਵਿੱਚ ਜਿਹੜਾ ਇਹ ਕਾਨੂੰਨ ਜਿਹੜਾ ਹੈ ਇਹ ਬੇਸਿਕਲੀ ਲਾਗੂ ਹੁੰਦਾ ਹੈ ਜਦ ਤੁਸੀਂ ਯੂਰੋਪੀਅਨ ਯੂਨੀਅਨ ਵਿੱਚ ਯੂਨੀਅਨ ਯੂਰੋਪਾ ਵਿੱਚ ਜੇ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਤੇ ਯੂਨੀਅਨ ਯੂਰੋਪਾ ਜਿਹੜੀਆਂ ਕਿਹੜੀ ਕਿਹੜੀ ਕੰਟਰੀਆਂ ਹੈ ਯੂਈ ਦੀਆਂ ਕੰਟਰੀਆਂ ਜਿਹੜੀਆਂ ਯੂਈ ਯੂਰੋਪੀਅਨ ਯੂਨੀਅਨ ਬੰਦੀਆਂ ਨੇ ਇਸ ਤੋਂ ਇਲਾਵਾ ਇੱਕ ਨਹੀਂ ਕੰਟਰੀਆਂ ਜਿਹੜੀਆਂ ਕਿ ਐਫ ਤਾ ਨੂੰ ਮੰਨਦੀਆਂ ਨੇ ਐਫ ਤਾ ਨੂੰ ਸਾਨੂੰ ਪਤਾ ਹੈ ਕਿ ਜਿਹੜੀ ਮੰਦੀ ਹੈ ਮੰਨਦੀਆਂ ਨੇ ਕੰਟਰੀਆਂ ਜਿਵੇਂ ਕਿ ਆਪਣਾ ਸਵਿਟਜ਼ਰਲੈਂਡ ਹੋ ਗਿਆ ਜਿਵੇਂ ਕਿ ਨਾਰਵੇ ਹੋ ਗਿਆ ਜਿਵੇਂ ਕਿ ਉਹ ਆਈਸਲੈਂਡ ਵਗੈਰਾ ਫਿਰ ਸਪਾਜ਼ੀ ਇਕਨੋਮੀਕੋ ਯੂਰੋਪਾ ਜਿਹੜੀ ਕੰਟਰੀਆਂ ਮੰਨਦੀਆਂ ਨੇ ਠੀਕ ਹੈ ਐਸ ਈ ਈ ਸਪਾਜ਼ੀ ਇਕਨੋਮਿਕਸ ਵੀਨ ਨਾਰਵੇ ਸੈਂਡਰਨਮਾਰਨ ਨਾਰਵੇ ਇਹ ਜਿਹੜੀਆਂ ਕੰਟਰੀਆਂ ਨੇ ਸਪਾਜ਼ੀ ਇਕਨੋਮੀਕੋ ਯੂਰੋਪਾ ਇੱਕ ਕੰਟਰੀਆਂ ਵੀ ਇਸ ਕਾਨੂੰਨ ਦੇ ਅੰਦਰ ਆਉਂਦੀਆਂ ਨੇ ਸਪਾਜ਼ੀਓਕਨੋ ਸਈ ਜਿਹਨੂੰ ਸਪਾਜ਼ੀਓਕਨੋਮਿਕ ਆਉਂਦੀ ਨੇ ਯਾਨੀ ਕਿ ਐਫਤਾ ਯੂਈਐਸਈਏ ਇਹ ਸਾਰੀਆਂ ਗੱਡੀਆਂ ਸਾਰੀਆਂ ਕੰਟਰੀਆਂ ਜਿਹੜੀਆਂ ਨੇ ਇਹ ਇਸ ਕਾਨੂੰਨ ਨੂੰ ਮੰਨਣਗੀਆਂ ਜਿਹੜਾ ਕਿ 561 12 2006 ਹੈਗਾ ਜੇ ਤੁਸੀਂ ਇਹ ਤੇ ਯੂਰਪੀਅਨ ਯੂਨੀਅਨ ਵਿੱਚ ਟ੍ਰਾਂਸਫਰ ਕਰਦੇ ਦੇ ਚਾਹੀਦੇ ਜੇ ਤੁਸੀਂ ਯੂਰਪੀਅਨ ਯੂਨੀਅਨ ਚੋਂ ਬਾਹਰ ਟ੍ਰਾਂਸਫਰ ਕਰਦੇ ਫੇਰ ਕੀ ਯੂਰਪੀਅਨ ਯੂਨੀਅਨ ਲਈ ਇਹ ਕਾਨੂੰਨ ਹੈ ਜੀ ਯੂਰਪੀਅਨ ਯੂਨੀਅਨ ਦੁਆਰਾ ਟ੍ਰਾਂਸਪੋਰਟ ਕਰੋਗੇ ਤੇ ਐਟਰ A E T R ਇਹ ਐਪਲ ਵਾਲਾ ਈ এলিਫੈਂਟ ਵਾਲਾ A E T R ਅਕੋਰਡੋ ਐਵਰੋਪਾ ਰੈਲੈਟਿਵ ਟਰਾ ਰੈਲੈਟਿਵ ਜਿਹੜਾ ਅਕੋ ਜਿਹੜਾ ਅਕੋਰਡੋ ਹੈਗਾ ਰੈਲੈਟਿਵ ਟ੍ਰਾਂਸਪੋਰਟ ਇੰਟਰਨੈਸ਼ਨਲੀ ਉਸ ਤਰ੍ਹਾਂ ਦਾ ਰੋਡ ਦੇ ਉੱਤੇ ਐਟਰ ਇਹਨੂੰ ਕੰਨ ਨੇ ETR E I T R ਜੇ ਤੁਸੀਂ ਯੂਰੋਪੀਅਨ ਯੂਨੀਅਨ ਜੋ ਤੇ ਐਫਟਾ ਚੋਂ ਔਰ ਐਸ ਈ ਈ ਚੋਂ ਅਲੱਗ ਵੱਖਰੀ ਕੰਟਰੀ ਟ੍ਰਾਂਸਫਰ ਕਰਨਾ ਤੇ ਜਿਵੇਂ ਕਿ ਮੰਨ ਲਓ ਫੋਰ ਐਗਜ਼ਾਮਪਲ ਜੇ ਤੇ ਮੈਂ ਜੇ ਤੇ ਮੈਂ ਸਵਿਟਜ਼ਰਲੈਂਡ ਵਿੱਚ ਟ੍ਰਾਂਸਫਰ ਕਰਾਂ ਭਾਵੇਂ ਯੂਈ ਚੋਂ ਬਾਹਰ ਲੇਕਿਨ ਉਹ ਐਫਟਾ ਦਾ ਮੈਂਬਰ ਹੈ ਲੇਕ ਜੇ ਮੈਂ ਆਈਸਲੈਂਡ ਵਗੈਰਾ ਜਾਂ ਉਹ ਜਾਂ ਸਵੀਡਨ ਵੀ ਟ੍ਰਾਂਸਫਰ ਕਰਾਂਗਾ ਉਹ ਸਪਾਸੀ ਗ੍ਰਾਉਮੀਗਾ ਦਾ ਮੈਂਬਰ ਹੈ ਜਾਂ ਫਿਰ ਯੂਰੋਪੀਅਨ ਯੂਨੀਅਨ ਦਾ ਮੈਂਬਰ ਹੈ ਉਹ ਤਾਂ ਤਾਂ ਸਾਨੂੰ 564 ਰੈਗੂਲੇਮੈਂਟ ਜਿਹੜਾ ਜਿਹੜਾ ਕਾਨੂੰਨ ਹੈਗਾ 564 2006 ਇਹੋ ਹੀ ਚੱਲੇਗਾ ਜੇ ਮੰਨ ਲਓ ਇਹਨਾਂ ਕੰਟਰੀਆਂ ਵਿੱਚੋਂ ਮੈਂ ਬਾਹਰ ਲੈ ਕੇ ਜਾਣਾ ਰਸ਼ੀਆ ਵਿੱਚ ਫਾਰ ਐਗਜ਼ਾਮਪਲ ਲੈ ਕੇ ਜਾਣਾ ਤੁਰਕੀ ਲੈ ਕੇ ਜਾਣਾ ਹੁਣ ਉਹ ਕੀ ਹੈ ਉਹ ਨਾ ਆਫਤਾ ਨੂੰ ਹੈ ਨਾ ਯੂਈ ਨੂੰ ਨਾ ਐਸਈਈ ਨੂੰ ਮੰਨਦੀਆਂ ਨੇ ਯਾਨੀ ਕਿ ਆਫਤਾ ਨੂੰ ਵੀ ਨਹੀਂ ਮੰਨਦੀ ਐ ਯੂਰਪੀਅਨ ਯੂਨੀਅਨ ਨੂੰ ਮੰਨਦੀ ਐ ਤੇ ਐਸਪੀਈਕੋਨੋਮੀਕ ਨਿਯਮ ਨਹੀਂ ਮੰਨਦੀਆਂ ਨਾ ਨਿਊਜ਼ੀਲੈਂਡ ਵੀ ਹੈ ਜਦ ਨਹੀਂ ਮੰਨਦੀਆਂ ਤੇ ਫਿਰ ਉਹਨਾਂ ਲਈ ਲਾਗੂ ਹੋਵੇਗਾ ਕਾਨੂੰਨ ਏਟਰ ਦਾ ਜਿਹੜੇ ਮੈਂ ਗੱਲ ਕਰ ਰਿਹਾ ਤੁਹਾਨੂੰ ਏ ਈ ਟੀ ਆਰ ਠੀਕ ਹੈ ਤੇ ਗੱਲ ਕਰਾਂਗੇ ਅਸੀਂ ਜੀ ਹੁਣ ਪਹਿਲੇ ਕੁਐਸਚਨ ਦੇ ਬਾਰੇ ਪਹਿਲੇ ਕੁਐਸਚਨ ਸਟਾਰਟ ਕਰਾਂਗੇ ਅਸੀਂ ਯਾਨੀ ਕਿ ਜੇ ਜਾਂ ਤਾਂ ਇਹਨੂੰ ਮੰਨਣ ਗਿਆ ਐਫਟਾ ਯੂਈ ਤੇ ਐਸਈਪਾਸਿਓ ਇਕਨੋਮੀਕਾ ਵਰਪਾ ਤੇ ਫਿਰ ਤਾਂ ਅਸੀਂ ਕਾਨੂੰਨ ਲਾਗੂ ਹੋ ਜਾਂਦਾ ਹੈ 561 ਜੇ ਇਹਦੇ ਵਿੱਚ ਹੀ ਟ੍ਰਾਂਸਪੋਰਟ ਕਰਨੀ ਹੈ ਤੇ 561 122006 ਜੇ ਇਹਦੇ ਚੋਂ ਬਾਹਰ ਟ੍ਰਾਂਸਪੋਰਟ ਕਰਨੀ ਹੈ ਤੇ ਫਿਰ ਤਾਂ ਕਾਨੂੰਨ ਲਾਗੂ ਹੋਏਗਾ ਐਟਰ ਦਾ ਤੇ ਜੇ ਯੂਰਪੀਨ ਇਹ ਬਾਹਰ ਟ੍ਰਾਂਸਪੋਰਟ ਕਰਨਾ ਤੇ ਰਸ਼ੀਆ ਵਿੱਚ ਅੰਦਰ ਰੁਕੀ ਵਿੱਚ ਮੰਨ ਲਓ ਕਹਿੰਦੇ ਨੇ ਵੀ ਪਹਿਲਾ ਕੁਐਸਚਨ ਆ ਗਿਆ ਜੀ ਸਾਡੇ ਕੋਲੇ ਇਹ ਰੈਗੂਲੇਮੈਂਟ ਨੰਬਰ 561 12 2006 CE ਇਨ ਮਟੀਰੀਅਲ ਦੀ ਦੌਰਾਨ ਤਾ ਮੈਕਸਿਮਮ ਦੀ ਗੀਦਾ ਮਟੀਰੀਅਲ ਜਿਹੜਾ ਮੈਕਸਿਮਮ ਡਰਾਈਵ ਕਰਨੇ ਦਾ ਯਾਨੀ ਕਿ ਮਟੀਰੀਅਲ ਹੈ ਯਾਨੀ ਕਿ ਮੈਕਸਿਮਮ ਜਿਹੜਾ ਤੁਸੀਂ ਡਰਾਈਵ ਕਰ ਸਕਦੇ ਹੋ ਨਲਾ ਆਤਸਰਾ ਦੇ ਆਤਸਰਾ ਟ੍ਰਾਂਸਪੋਰਟ ਉਹਦੀ ਮਰਜੀ ਜਿਹੜੀ ਸਮਾਰਟ ਟ੍ਰਾਂਸਪੋਰਟ ਕਰਨ ਵਾਲੀ ਹੈਗੀ ਹੈ ਕਹਿੰਦੇ ਨੇ ਵੀ ਜਿਹੜਾ ਮੈਕਸਿਮਮ ਟਾਈਮ ਹੈ ਡਰਾਈਵ ਮੈਕਸਿਮਮ ਦੀ ਗੀਦਾ ਦਰਤਾ ਮਕਸਿਮਾ ਦੀ ਗੀਦਾ ਇਹ ਜਿਹੜਾ ਰੈਗੂਲਮੈਂਟ ਹੈ ਨਾ 564122006 ਇਹ ਰੈਗੂਲ ਗੱਡੀ ਮੈਕਸਿਮਮ ਟਾਈਮ ਡਰਾਈਵ ਕਰਨੇ ਦਾ ਨਾ ਤਾਂ ਟ੍ਰਾਂਸਪੋਰਟ ਮਰਜੀ ਦਾ ਸਮਾਨ ਟ੍ਰਾਂਸਪੋਰਟ ਕਰਦੇ ਹੋ ਸੀ ਐਪਲੀਕਾ ਅਪਲਾਈ ਹੋਵੇਗਾ ਸਾਲਵਾ ਸਾਲਵੇਲੇ ਅਚੇਸਿਓਨੇ ਦੀ ਲੇਜੇ ਜੇ ਕੋਈ ਸਪੈਸ਼ਲ ਛੂਟ ਨਾ ਹੋਵੇ ਕਾਨੂੰਨ ਦੇ ਤਹਿਤ ਤੇ ਛੂਟ ਤੁਹਾਨੂੰ ਪਤਾ ਹੈ ਕਿ ਗੱਡੀਆਂ ਜਿਹਨੇ 50 ਕਿਲੋਮੀਟਰ ਦੇ ਅੰਦਰ ਚਲਦੀਆਂ ਨੇ ਬੱਸਾਂ 40 ਕਿਲੋਮੀਟਰ ਪ੍ਰਾਰਵਤਕ ਸਪੀਡ ਘਾਟੋ ਹੈ ਵਿਜਲੀ ਦੇ ਲਾ ਫੋਕ ਨੂੰ ਛੂਟ ਹੁੰਦੀ ਹੈ ਨਾਨ ਕਮਰਸ਼ੀਅਲ ਜਿਹੜੇ ਫੀਨੋ 7.5 ਤੋਂ ਤੇ ਆਉਂਦੀਆਂ ਨੇ ਇਹਨਾਂ ਨੂੰ ਛੂਟ ਹੁੰਦੀ ਹੈ ਇਹਨਾਂ ਤੇ 564 ਦੁਆਰਾ 2006 ਜੀਈ ਲਾਗੂ ਨਹੀਂ ਹੁੰਦਾ ਜੀ ਦੁਬਾਰੇ ਸਿੱਗੇ ਕੁਐਸਚਨ ਨਹੀਂ ਬਣਨੇ ਇਹ ਜਿਹੜੀ ਵੀ ਕੋਲਿਸਟੋਰੀਕ ਹੁੰਦੀਆਂ ਨੇ ਜਿਹੜੀ ਕੋਰਸਸ ਤਰ੍ਹਾਂ ਦਾਲੇ ਹੁੰਦੀ ਹੈ 100 ਕਿਲੋਮੀਟਰ ਦੰਦਰ ਚੱਲੇ ਤੇ ਜਾਂ ਫਿਰ ਐਂਬੂਲੈਂਸ ਵਗੈਰਾ ਜਾਂ ਇਸ ਟਾਈਪ ਦੀਆਂ ਗੱਡੀਆਂ ਜਿਹੜੀਆਂ ਹੁੰਦੀਆਂ ਨੇ ਇਹ ਐਕਸਕਲੂਜੀ ਹੁੰਦੀਆਂ ਨੇ ਜਿਹੜੀਆਂ ਕਿ ਅਸੀਂ ਡਿਟੇਲ ਦੇ ਨਾਲ 12 ਨੰਬਰ ਜੈਕਟਰ ਵਿੱਚ ਵੀ ਪੜੀਆਂ ਹੋਈਆਂ ਨੇ ਤੇ ਕਨੇ ਕੰਦੂਚੰਦ ਕਨੇ ਵੀ ਸੀ ਐਪਲੀਕ ਅਪਲਾਈ ਹੋ ਗਿਆ ਸਾਲ ਵਾਕੀ ਸੀ ਸਾਲ ਵਾਲੇ ਐਚ ਐਸ ਸੀ ਨੇ ਦਿਲੇ ਜੇ ਬੇ ਕੋਈ ਛੂਟ ਨਾ ਹੋਵੇ ਕਾਨੂੰਨ ਦੇ ਵਿੱਚ ਤਾਂ ਅਲਕੰਦੂਚੰਦ ਦੇ ਵੀ ਕੋਈ ਜੇ ਡਰਾਈਵਰ ਗੱਡੀ ਦਾ ਦੀ ਮਾਸਾ ਮਾਸੀ ਮਾਂ ਅੰਮੇਸੀ ਬਿਲੇ ਕਿਨੇ ਮੈਕਸਿਮਮ ਜਿੰਨਾ ਇਜਾਜ਼ਤ ਹੈਗਾ ਸੁਪਰੀ ਹੋਰੇ 3.5 3.5 ਟਨ ਜਿਨ੍ਹਾਂ ਨੂੰ ਪਰਮਿਸ਼ਨ ਹੈ 3.5 ਟਨ ਤੋ ਤੱਕ ਲੈ ਕੇ ਜਾਣ ਵਾਲੀ ਦੀ ਗੱਡੀ ਉਹਦੇ ਲਈ ਕੀ ਹੋਵੇਗਾ ਇਹ ਰੈਗੂਲਰ 561 12 2006 ਲਾਗੂ ਹੋਵੇਗਾ ਜਿਵੇਂ ਕਿ ਅਸੀਂ ਸੀ ਦੇ ਵਿੱਚ ਪੜ ਚੁੱਕੇ ਹੋਏ ਹਾਂ ਵੇਰੋ ਜਿਹਨ ਵਿੱਚ ਅਕਟਰ ਕਾਫੀ ਕਾਫੀ ਕੁਐਸਚਨ ਇਹਦੇ ਵਿੱਚ ਸੀਧਾ ਨਾਲ ਦੇ ਮਿਲਦੇ ਨੇ ਇਹ ਰੈਗੂਲਮੈਂਟ ਨੰਬਰ 561 12 2006 ਜੀਈ ਜਿਹੜਾ ਕਾਨੂੰਨ ਹੈਗਾ 561 12 2006 ਜੀਈ ਬੇਸਿਕਲੀ ਇੱਕ ਚੀਜ਼ ਤਾਂ ਅਸੀਂ ਪੜਿਆ ਵੀ ਇਹ ਸਾਡੇ ਦਿਨ ਦਾ ਉਤਲੇ ਗੜੀਆਂ ਲਈ ਜਿਹੜੇ ਸਮਾਰਟ ਟ੍ਰਾਂਸਪੋਰਟ ਕਰਨ ਵਾਲੀਆਂ ਲਈ ਦੂਜੇ ਨੰਬਰ ਤੇ ਕਿਹੜੀ ਹੈ ਦੂਜੇ ਨੰਬਰ ਤੇ ਬੱਸਾਂ ਜਿਹੜੀਆਂ 9 ਤੋਂ ਪਲੱਸ ਬੰਦੇ ਲੈ ਕੇ ਜਾਣ ਵਾਲੀਆਂ ਕੰਪਰੈਸਰ ਗੰਦੂ ਜੀ ਤੇ ਉਹਨਾਂ ਲਾਗੁੰਦੇ ਕਨੇ ਮੀਟਰੀਆ ਦਰਵਾਤਾ ਵਾਸਿ ਮੈਂ ਕਿਬੀ ਦਰਵਾਤਾ ਜਿਹੜਾ ਦੁਰਾਨੀਆਂ ਦੇ ਮੈਕਸਿਮਮ ਡਰਾਈਵ ਕਰਨੇ ਦਾ ਨਰਾਤ ਟ੍ਰਾਂਸਪੋਰਟ ਉਹਦੀ ਪਰਸੋਨ ਬੰਦ ਟ੍ਰਾਂਸਪੋਰਟ ਕਰਨ ਲਈ ਐਪਲੀਕਾ ਅਪਲਾਈ ਹੋਵੇਗਾ ਸਾਲ ਵਾਲਾ ਐਚਐਸਸੀਓ ਨੇ ਦਿਲੇ ਜੇ ਸਪੈਸ਼ਲੀ ਜੇ ਕੋਈ ਛੂਟ ਨਾ ਹੋਵੇ ਕਾਨੂੰਨ ਦਿਤ ਹੈ ਇਹ ਜਿਵੇਂ ਕਾਨੂੰਨ ਦਿਤ ਹੈ ਛੂਟ ਮੈਂ ਅੱਗੇ ਤਾਂ ਦੱਸ ਚੁੱਕੇ ਆਂ ਕਿਹੜੀ ਗੜੀਂ ਚੇ ਕਿਨੇ ਅਪਲਾਈ ਹੋਵੇਗਾ ਅਲਕੰਦੂ ਚੈਂਤੇ ਦੀ ਆਟੋਬਸ ਅਪਲਾਈ ਹੋਵੇਗਾ ਡਰਾਈਵਰ ਆਟੋਬਸ ਦੇ ਦਰੂਸ਼ ਕੈਂਪੇ ਵੇਰ ਹੋਇਆ ਵੀ ਇਹ ਆਟੋਬਸ ਦੇ ਡਰਾਈਵਰ ਤੇ ਲਾਗੂ ਹੋਵੇਗਾ ਜੇ 9 ਪਲੱਸ ਬੰਦੇ ਹੋਣਗੇ ਨਾ ਟਰਾਂਸਪੋਰਟ ਕਰਨ ਵਾਲੀ ਗੱਡੀ ਤੇ ਉਹਦੇ ਦਾ ਲਾਗੂ ਹੋਵੇਗਾ ਵੇਰੋਂ ਇਹ ਦਿਨਾਂ ਫਿਰ ਤੁਹਾਨੂੰ ਕਰਤਾ ਤਾਕੀ ਗ੍ਰਾਫਿਕ ਜਿਹੜਾ ਉਹ ਇਸਤੇਮਾਲ ਕਰਨਾ ਪਵੇਗਾ ਔਰ ਲਿਮਿਟਡ ਆਵਰਸ ਜਿਹਦੇ ਨੇ ਡਰਾਈਵ ਕਰਨੇ ਪਵਾਂਗੇ ਔਰ ਜਿਹੜੇ ਆਵਰਸ ਹੁੰਦੇ ਨੇ ਨਾ ਇਹ ਨਹੀਂ ਹੈ ਕਿ ਤੁਸੀਂ ਅਲਤਰੀ ਲਵੋਰੋ ਡਿਸਪੋਨੀਬਿਲੇ ਉਹ ਨਾ ਸਕੂ ਇਸੇ ਸੰ ਵਿੱਚ ਤੁਸੀਂ ਖਲੋਤੇ ਹੋ ਵੇਟ ਕਰ ਲਗੇ ਹੋ ਤੇ ਉਹ ਅਕਾਊਂਟ ਹੋ ਰਿਹਾ ਹੈ ਜਿਹੜਾ ਡਰਾਈਵਿੰਗ ਦੇ ਆਵਰਸ ਹੁੰਦੇ ਨੇ ਜਦ ਗੱਡੀ ਦਾ ਟਾਇਰ ਚੱਲ ਰਿਹਾ ਹੁੰਦਾ ਹੈ ਸਿਰਫ ਉਹ ਆਵਰਸ ਕਾਊਂਟ ਕਰਦੇ ਨੇ 564 12 2006 ਜਿਹੜਾ ਨਾ ਸੀਈ ਇਹ ਸਿਰਫ ਜਿਸ ਟਾਈਮ ਗੱਡੀ ਰੋਟੇਟ ਕਰ ਰਹੀ ਹੈ ਚੱਲ ਰਹੀ ਹੈ ਸਿਰਫ ਉਹ ਆਵਰ ਜਿਹੜੇ ਨੇ ਅਕਾਊਂਟ ਕੀਤੇ ਜਾਂਦੇ ਨੇ ਜਿਵੇਂ ਜੈਨ ਉਠਾ ਲੋ ਨਾ ਕਿ ਜਿਸ ਟਾਈਮ ਤੁਸੀਂ ਗੱਡੀ ਜਾ ਕੇ ਤੇ ਰੈਂਪ ਤੇ ਲਾਈ ਹੈ ਉਸ ਟਾਈਮ ਅਕਾਊਂਟ ਨਹੀਂ ਹੁੰਦਾ ਹੁੰਦਾ ਪਿਆ ਉਸ ਟਾਈਮ ਡਿਸਪੋਨੀਬਿਲਿਟੀ ਹੋਵੇਗੀ ਜਾਂ ਫਿਰ ਅਲਤਰੀ ਲੇਬੋਰ ਹੋਵੇਗਾ ਠੀਕ ਹੈ ਜਾਂ ਰਿਪੋਜ਼ ਹੋਵੇਗਾ ਜਿਹੜੇ ਵਰਕਿੰਗ ਆਵਰਸ ਨੇ ਜਿਹੜੇ 9 ਘੰਟੇ ਨੇ ਨਾਰਮਲੀ ਜਿਹੜੇ ਹਫਤੇ ਦੇ 45 ਘੰਟੇ ਜਿਹੜੇ ਜਨਰਲੀ ਹੁੰਦੇ ਨੇ ਜਾਂ ਮੈਕਸਿਮਮ 56 ਘੰਟੇ ਹੋ ਸਕਦੇ ਨੇ ਉਹ ਡਰਾਈਵਿੰਗ ਆਵਰਸ ਨੇ ਜਿਸ ਟਾਈਮ ਗੱਡੀ ਚੱਲਣ ਲੱਗੀ ਹੁੰਦੀ ਹੈ ਲਾ ਨਾਰਮਾਟਿਵਾ ਜਿਹੜਾ ਕਾਨੂੰਨ ਵਿਜੈਂਟੇ ਇਨਮਿਟੀਰੀਆ ਦੀ ਦੁਰਾਤਾ ਮੈਸਿਮਾ ਦੀ ਗੀਦਾ ਕਿ ਨਾਰਮਾਟਿਵਾ ਜਿਹੜਾ ਕਾਨੂੰਨ ਵਿਜੈਂਟ ਲਾਗੂ ਹੁੰਦਾ ਹੈ ਇਨਮਿਟੀਰੀ ਦੀ ਦੁਰਾਤਾ ਮੈਸਿਮਾ ਦੀ ਗੀਦਾ ਮੈਕਸਿਮਮ ਡਰਾਈਵ ਕਰਨੇ ਦਾ ਟਾਈਮ ਜਿਹੜਾ ਹੈ ਸਿ ਐਪਲੀਕਾ ਅਪਲਾਈ ਹੋਵੇਗਾ ਪਰ ਈ ਟ੍ਰਾਂਸਪੋਰਟ ਉਸੂਏ ਆਟੋਬਸ ਟ੍ਰਾਂਸਪੋਰ ਉਸ ਉਹ ਵਿਕੋਲੀ ਦੀ ਮਾਸਾ ਮਾਸਿਮਾ ਅਮੇਸਿਬਿਲੇ ਜਿਹੜਾਂ ਫਰ ਗੱਡੀ ਦੇ ਉੱਤੇ ਜਿਹੜਾ ਕਿ ਮੈਕਸਿਮਮ ਇਜਾਸ ਹੈਗੀ ਹੈ ਸੁਪਰੀਅਰ ਸਾਡੇ ਦੇ ਰੇਟਾਂ ਸਾਡੇ 3.5 ਤੋਂ ਉੱਪਰ ਵਾਲੀ ਲਈ ਅਪਲਾਈ ਅਕਸੀ ਅਪਲੀਕਾ ਅਪਲਾਈ ਹੋਵੇਗਾ ਸੁਪਰੀਅਰ ਸਾਡੇ ਦੇ ਰੇਟ ਜਿਹੜੇ ਤੋਂ ਲਾਦੇ 3.5 ਤੋਂ ਉੱਤੇ ਸਵੋਲਤੀ ਤਰਾ ਸਤਾਤੀ ਕਮਿਊਨਿਟਰੀ ਇਹ ਉਹ ਕੰਮ ਕਰਦੀ ਹੈ ਸਤਾਸ ਕਮਿਊਨਿਟਰੀ ਯੂਰਪੀਅਨ ਯੂਨੀਅਨ ਦੇ ਵਿੱਚ ਬਿਲਕੁਲ درست ਕੰਮ ਵੀ ਵਰਾ ਹੈ ਕਿਉਂਕਿ ਯੂਰਪੀਅਨ ਯੂਨੀਅਨ ਦੇ ਵਿੱਚ ਹੀ ਕੰਮ ਕਰੇਗੀ ਯੂਰਪੀਅਨ ਕਿਸੇ ਕੰਟਰੀ ਵਿੱਚ ਐਫਤਾ ਦੀ ਕੰਟਰੀ ਵਿੱਚ ਸਪੈਸ਼ਲ ਇਕਨੋਮੀ ਕੋ ਦੀ ਐਵਰੀ ਕੰਟਰੀ ਵਿੱਚ ਫੇਰ ਹੀ ਲਾਗੂ ਹੋਵੇਗਾ ਜੇ ਯੂਰਪੀਅਨ ਯੂਨੀਅਨ ਦੁਬਾਰ ਮੰਨ ਲਓ ਰਸ਼ੀਆ ਤੁਰਕੀ ਵੀ ਜਾਣਗੀ ਜਿਹੜੀ ਯੂਰਪੀਅਨ ਯੂਨੀਅਨ ਦੁਬਾਰ ਨੇ ਐਫਤਾ ਜੂਬਾਰ ਨੇ ਸਪੈਸ਼ਲ ਇਕਨੋਮੀ ਕੋ ਜੂਬਾਰ ਨੇ ਉਹਨਾਂ ਲਈ ਕੀ ਲਾਗੂ ਹੋਵੇਗਾ ਫਿਰ ਏਟਰ ਏ ਈ ਟੀ ਆਰ ਠੀਕ ਹੈ ਉਹ ਵੀ ਜਿਹੜੀ ਕੰਟਰੀ ਏਟਰ ਨੂੰ ਮੰਨਦੀ ਹੋਵੇਗੀ ਜਿਵੇਂ ਰਸ਼ੀਆ ਮੰਨਦਾ ਹੈ ਅੱਗੇ ਜਿਹਨੇ ਨਾਰਮਾਟਿਵ ਜਿਹੜਾ ਕਾਨੂੰਨ ਹੈ ਵਿਜੇਨਤੀ ਇਨ ਮੀਟੀਰੀਆ ਮੀਟੀਰੀਆ ਦੀ ਦੁਰਾਤਾ ਮੈਕਸਿਮਾ ਦੀ ਗੁਦਾ ਜਿਹੜਾ ਲਗੂ ਹੁੰਦਾ ਹੈ ਮੈਕਸਿਮ ਡਰਾਈਵ ਕਰਨਾ ਕਰਨ ਦੇ ਟਾਈਮ ਤੇ ਸੇ ਐਪਲੀਕਾ ਅਪਲਾਈ ਹੋਵੇਗਾ ਪਰ ਟ੍ਰਾਂਸਪੋਰਟ ਉਸੂਆ ਤੋਂ ਬਹੁ ਸੇ ਟ੍ਰਾਂਸਪੋਰਟ ਕਰਨ ਲਈ ਆਤੋਬੂਸ ਦੇ ਤੋ ਹੈ ਉਸੂਆ ਵੀ ਕੋਲੀ ਦੀ ਮਾਸਾ ਮੈਕਸਿਮਾ ਮੇ ਸਿਵਿਲੇ ਜਾਂ ਫਿਰ ਗੱਡੀ ਤੋਂ ਜਿਹੜਾ ਮੈਕਸਿਮਮ ਜਾਸ ਹੈ ਗਿਆ ਹੈ ਸੁਪੀਰੀਅਰ ਸੜਕ ਤੇ ਤਾਂ ਸਾਰੇ ਤਿੰਨਾਂ ਜਿਹੜੀ ਸੂਪਰ ਉੱਪਰ ਹੈ ਸਵੋਲ ਦੀ ਦਰਾਸਤਾ ਦੀ ਯੂਨੀਅਨ ਆਵਰੋਪਾ ਐ ਲਾਸ ਵਿਜ਼ੇਰਾ ਜਿਹੜਾ ਕਿ ਤੁਸੀਂ ਸਵੋਲਤੀ ਕੀਤਾ ਤੁਸੀਂ ਕੰਮ ਤਰਾਸ ਕਿਉਂ ਯੂਨੀਅਨ ਯੂਰੋਪਾ ਜਿਹੜੀ ਯੂਈ ਨੂੰ ਮੰਨਣ ਵਾਲੀ ਕੰਟਰੀਆਂ ਨੇ ਯੂਰੋਪੀਅਨ ਯੂਨੀਅਨ ਨੂੰ ਏਲਸ ਵੀਜ਼ੇਰਾ ਔਰ ਸਵਿਟਜ਼ਰਲੈਂਡ ਦੇ ਵਿੱਚ ਯਾਨੀ ਕਿ ਸਾਡੇ ਦਿਨਾਂ ਤੋਂ ਲਈ ਗੱਡੀ ਨੂੰ ਕਹਿੰਦੇ ਨੇ ਕਿ ਅਪਲਾਈ ਹੋਵੇਗਾ ਜਿਹੜੀ ਗੱਡੀ ਨੇ ਯੂਰੋਪੀਅਨ ਯੂਨੀਅਨ ਦੇ ਵਿੱਚ ਔਰ ਸਵਿਟਜ਼ਰਲੈਂਡ ਦੇ ਵਿੱਚ ਇਸ ਵੀਜ਼ੇਰਾ ਵਿੱਚ ਔਰ ਟ੍ਰਾਂਸਪੋਰਟ ਕੀਤਾ ਹੈ ਬਰੁਸ਼ ਕੈਂਪੇਰ ਹੋਇਆ ਸਵਿਜ਼ੇਰਾ ਜਿਹੜਾ ਨਾ ਬਾਈ ਦੀ ਕੰਟਰੀ ਹੈ ਜਿਹੜੀ ਕਿ ਸਪਾਜ਼ੀਓ ਸੌਰੀ ਯੂਈ ਯੂਰੋਪੀਅਨ ਯੂਨੀਅਨ ਨੂੰ ਨਹੀਂ ਮੰਨਦੀ ਐਫ ਤਾਂ ਨੂੰ ਮੰਨਦੀ ਹੈ ਲੈਕਿਨ ਐਫਤਾ ਨੂੰ ਮੰਨਣ ਦੇ ਨਾਲ ਹੀ ਐਫਤਾ ਨੂੰ ਮੰਦੀ ਹੈ ਲੇਕਿਨ ਇਹ ਐਸੀ ਕੰਟਰੀ ਹੈ ਕਿ ਸਪਾਜ਼ੀ ਇਕਨੋਮੀ ਕਾਨੂੰਨ ਨਹੀਂ ਮੰਦੀ ਹੈ ਫਿਰ ਕਿਉਂਕਿ ਜਿਹੜੀ ਸਕੈਂਡਿਨੇਵੀ ਗੰਟੀਆਂ ਨੂੰ ਸਪਾਜ਼ੀ ਇਕਨੋਮੀ ਕੋਵਰਪਾ ਨੂੰ ਮੰਨਦੀਆਂ ਨੇ ਲੇਕਿਨ ਇਹ ਐਫਤਾ ਨੂੰ ਮੰਦੀ ਹੈ ਲੇਕਿਨ ਸਪਾਜ਼ੀ ਇਕਨੋਮੀ ਕੋਵਰਪਾ ਨੂੰ ਨਹੀਂ ਮੰਦੀ ਇਹਨੇ ਆਪਣੀ ਮਰਜ਼ੀ ਦੇ ਕਾਨੂੰਨ ਜਿਹੜੇ ਵਧੀਆ ਲੱਗੇ ਉਹਨਾਂ ਨੇ ਇਹਨਾਂ ਨੇ ਐਕਸੈਪਟ ਕੀਤੇ ਨੇ ਤੇ ਆਪਣੇ ਜਿਹੜੇ ਨਹੀਂ ਵਧੀਆ ਲੱਗੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਜਿਵੇਂ ਕਿ ਯੂਰਪ ਦੇ ਸੈਂਟਰ ਵਿੱਚ ਹੋ ਗਏ ਇਹ ਕੰਟਰੀ ਜਿਹੜੀ ਹੈ ਕਿ ਇਹਨੇ ਸਪਾਜ਼ੀਓ ਇਕਨੋਮੀਗਾ ਨੂੰ ਨਹੀਂ ਮੰਨਿਆ ਯੂਰੋਪੀਅਨ ਯੂਨੀਅਨ ਨਹੀਂ ਮੰਨਿਆ ਸਿਰਫ ਐਫਟਾਨ ਮੰਨਦੀ ਹੈ ਸ਼ੈਂਜਨ ਨੂੰ ਵੀ ਮੰਨਦੀ ਹੈ ਕੰਟਰੀ ਇਹ ਲੇਕਿਨ ਇਹ ਕਿ ਇਹ ਦੇ ਵੀ ਟ੍ਰਾਂਸਪੋਰਟ ਕਰਾਂਗੇ ਤੇ ਤਰੀਕੇ ਲਈ ਕਾਨੂੰਨ ਇਹ ਇਸ ਕਾਨੂੰਨ ਨੂੰ ਮੰਨਦੀ ਹੈ ਫਿਰ ਹੋ ਗਿਆ ਸਵਿਟਜ਼ਰਲੈਂਡ ਲਾ ਨੋਰਮਾਟਿਵਾ ਜਿਹੜਾ ਕਾਨੂੰਨ ਹੈ ਵਿਜੇਨ ਦੀ ਇਨਵਿਟੀਰੀਆ ਦੀ ਦੋਰਾਤਾ ਮੈਸਿਮਾ ਦੀ ਗੁਈਦਾ ਜਿਹੜੇ ਲਾਗੂ ਹੁੰਦਾ ਹੈ ਮੈਥੀਰੇ ਦੋਰਾਤਾ ਮੈਕਸਿਮਮ ਡਰਾਈਵ ਕਰਨ ਦਾ ਟਾਈਮ ਹੈ ਸੇ ਐਪਲੀਕਾ ਅਪਲਾਈ ਹੋਵੇਗਾ ਆਨਕੇ ਕੰਦੂਚੈਂਤੇ ਡਰਾਈਵਰ ਦੇ ਵਿਕੋਲੀ ਇਮਤ੍ਰਿਕਲਾਤੀ ਆਲੀ ਦੀ ਫੌਰੀ ਦਲੇ ਯੂਨੀਅਨ ਯੂਰੋਪਾ ਜਿਹੜੀ ਗੱਡੀ ਮਨਜ਼ੂਰਸ਼ੁਦਾ ਯੂਰੋਪੀਅਨ ਯੂਨੀਅਨ ਜੀ ਬਾਹਰ ਸੇ ਇਲ ਟਰਾਂਸਪੋਰਟੋ ਅ ਵਿਏਨੀ ਜੇ ਤੁਸੀਂ ਟਰਾਂਸਪੋਰਟ ਕਰਦੇ ਹੋ ਤੋ ਤਾਲੇ ਮੈਂਨਤੇ ਨੈਲਾ ਅੰਬੀਐਂਤੇ ਯੂਨੀਅਨ ਯੂਰੋਪਾ ਜੇ ਤੁਸੀਂ ਟੋਟਲੀ ਟਰਾਂਸਪੋਰਟ ਕਰਦੇ ਹੋ ਯੂਨੀਅਨ ਯੂਰੋਪਾ ਵਿੱਚ ਤੇ ਸੇ ਐਪਲੀਕਾ ਅਪਲਾਈ ਹੋਵੇਗਾ ਆਨਕੇ ਕੰਦੂਚੈਂਤੇ ਕੀਮਤ੍ਰਿਕਲਾ ਤੋ ਫੌਰੀ ਦੇ ਯੂਨੀਅਨ ਯੂਨੀਅਨ ਯੂਰੋਪਾ ਜਿਹੜਾ ਕਿ ਭਾਵੇਂ ਯੂਰਪੀਅਨ ਯੂਨੀਅਨ ਤੋਂ ਉਮਤਰੀ ਕੋਲਾ ਤੋਂ ਬਾਹਰ ਦੀ ਹੈ ਨਾ ਗੱਡੀ ਯਾਨੀ ਕਿ ਉਸ ਤੋਂ ਆਈ ਕਿਦਰ ਉਧਰੋਂ ਆਈ ਹੈ ਗੱਡੀ ਜੇ ਉਹ ਟੋਟਲੀ ਮੰਨੋ ਸਪੇਨ ਚ ਚੁੱਕਿਆ ਸਮਾਨ ਇਟਲੀ ਵਿੱਚ ਫਰਾਂਸ ਦੇ ਵਿੱਚ ਜਾਂ ਫਿਰ ਯੂਰਪੀਅਨ ਕੰਟਰੀ ਵਿੱਚ ਚੁੱਕਿਆ ਸਮਾਨ ਯੂਰਪੀਅਨ ਕੰਟਰੀ ਵਿੱਚ ਹੀ ਦੇਣਾ ਉਹਨੇ ਫਿਰ ਨਹੀਂ ਦੇਖਿਆ ਜਾਏਗਾ ਇਹ ਗੱਡੀ ਯਾਰ ਰਸ਼ੀਆ ਵਿੱਚੋਂ ਆਈ ਹੈ ਫਿਰ ਦੇਖਿਆ ਜਾਏਗਾ ਕਿ ਇਹਨੇ ਸਮਾਨ ਚੱਕਣਾ ਵੀ ਯੂਰਪ ਵਿੱਚੋਂ ਹੈ ਜਾਂ ਫਿਰ ਐਫਤਾ ਦੀਆਂ ਜਾਂ ਫਿਰ ਸਪਾਜ ਇਕਨੋਮਿਕ ਦੀ ਯੂਰੋਪਾ ਦੀ ਕੰਟਰੀਆਂ ਵਿੱਚੋਂ ਔਰ ਦੇਣਾ ਵੀ ਇਨ੍ਹਾਂ ਕੰਟਰੀਆਂ ਵਿੱਚ ਇਸ ਕਰਕੇ ਇਸ ਤੇ ਵੀ ਸੀ ਐਪਲਿਕ ਅਪਲਾਈ ਹੋਵੇਗਾ ਫਿਰ ਕਿਉਂਕਿ ਭਾਵੇਂ ਗੱਡੀ ਬਾਹਰ ਦੀ ਸੀ ਲੇਕਿਨ ਇਹ ਐਕਟਰ ਦੀ ਲੋੜ ਨਹੀਂ ਹੈ ਕਿਉਂਕਿ ਟਰਾਂਸਪੋਰਟ ਜਿਹੜਾ ਕਰਨਾ ਇਹਨੇ ਸਾਰਾ ਹੀ ਜਿਸ ਸਟਾਰਟ ਕੀਤਾ ਔਰ ਆਂਡੀ ਕੀਤਾ ਹੈ ਇਹ ਯੂਨੀਅਨ ਯੂਰੋਪਾ ਵਿੱਚ ਹੈ ਇਸ ਕਰਕੇ ਇਹਦੇ ਤੇ ਵੀ ਅਪਲਾਈ ਹੋਵੇਗਾ ਫਿਰ ਜੇ ਤਾਂ ਬਾਹਰ ਆਵੇ ਨਾ ਜਾਂ ਬਾਹਰ ਜਾਏ ਤੇ ਫਿਰ ਇਹ ਤੇ ਅਪਲਾਈ ਹੁੰਦਾ ਹੈ ਇਹ ਤਰ੍ਹਾਂ ਦਾ ਕੁਐਸਚਨ ਵੀ ਆ ਗਿਆ ਕਿਨੇ ਕੰਡਕੂਨਟ ਜੇ ਤਾਂ ਬੱਸ ਜਿਹੜਾ ਆਟੋਬੱਸ ਦਾ ਡਰਾਈਵਰ ਹੈ ਮੈਟ੍ਰਿਕੂਲਾ 3 ਜਰਮਾਨੀਆ ਜਿਹੜੀ ਮੈਟ੍ਰਿਕੂਲਾਤੀ ਹੈ ਜਰਮਾਨੀ ਯਾਨੀ ਕਿ ਜਰਮਾਨੀ ਦੀ ਨੰਬਰ ਪਲੇਟ ਇਸ਼ੂ ਹੋਈ ਹੈ ਡਾਕੂਮੈਂਟ ਬਣਿਆ ਹੈ ਜਰਮਾਨੀ ਜਰਮਾਨੀਆ ਵਿੱਚ ਜਿਹੜੀ ਗੱਡੀ ਜਿਹੜੀ ਹੈ ਉਹ ਜਰਮਾਨੀਆ ਦੀ ਗੱਡੀ ਹੈਗੀ ਹੈ ਜਰਮਨੀ ਦੀ ਸਟਾਟੋ ਡੈਲਾ ਯੂਨੀਅਨ ਰੋਪਿਕ ਕੋ ਯੂਰਪੀਅਨ ਯੂਨੀ ਦੀ ਕੰਟਰੀ ਹੋਗੀ ਫਿਰ ਠੀਕ ਹੈ ਕੇ ਸੀਰੀ ਰਿਸ ਕਿ ਰੇਕੀ ਇਨ ਰਸ਼ੀਆ ਜਿੰਨੇ ਕ ਜਾਣਾ ਹੈ ਰਸ਼ੀਆ ਦੇ ਵਿੱਚ ਸਤਤ ਐਟਰ ਜਿਹੜਾ ਇਹ ਸਤਤ ਐਟਰ ਦਾ ਮੈਂਬਰ ਹੈ ਐਤ੍ਰਿਕ ਕੋਰ ਵੱਖਰਾ ਏਕੋਰਡੋ ਹੈ ਜਿਵੇਂ 561 12 2006 ਸੀਈ ਇੱਕੋਰਡੋ ਹੈ ਨਾ ਇਸੇ ਤਰ੍ਹਾਂ ਐਤ੍ਰਿਕ ਵੱਖਰਾ ਇੱਕੋਰਡੋ ਹੈ ਇਹ ਜਿਹੜੀ ਹੈ ਉਹ ਕੰਟਰੀਸ ਐਤਰ ਨੂੰ ਮੰਦੀ ਹੈ ਠੀਕ ਹੈ ਰਸ਼ੀਆ ਤੇ ਇਹ ਇੱਕੋਰ ਇੱਕੋਰਡੋ ਹੈ ਨਾਨ ਯੂਰੋਪੀਅਨ ਕੁਝ ਕੰਟਰੀਆਂ ਦੇ ਨਾਲ ਯੂਰਪ ਦਾ ਕਹਿੰਦੇ ਭੀ ਸਤਤ ਦੇਲਾ ਕੋਰਡ ਐਤਰ ਜਿਹੜੀ ਹੈ ਐਤਰ ਦੇ ਮੈਂਬਰ ਹੈ ਦੇਵੇ ਸਰੇ ਟੈਂਪੀ ਮੈਕਸੀਮੀ ਦੀ ਗੁਈਦਾ ਮੈਕਸਿਮਮ ਡਰਾਈਵ ਡਰਾਈਵ ਕਰਨੇ ਦਾ ਹੋਣਾ ਚਾਹੀਦਾ ਹੈ ਪ੍ਰਵੀਸ਼ਤ ਤਲਾਕ ਕੋਰ ਦੋ ਐਤਰ ਫ੍ਰਾਮ ਕੀਤਾ ਜਾਣਾ ਹੈ ਅ ਕੋਰ ਦੋ ਐਤਰ ਦੇ ਅਕੋਰਡਿੰਗ ਐਤਰ ਜਿਹੜਾ ਕੋਰ ਦੋ ਹੈ ਨਾ ਕਾਨੂੰਨ ਹੈ ਉਹਦੇ ਅਕੋਰਡਿੰਗ ਇਹ ਟਾਈਮ ਹੋਣਾ ਚਾਹੀਦਾ ਹੈ ਐਤਰ ਦੇ ਅਕੋਰਡਿੰਗ ਠੀਕ ਹੈ ਜਦ ਗੱਡੀ ਬਾਸ ਹੋਵੇਗੀ ਜਰਮਨ ਔਰ ਜਾਏਗੀ ਰਸ਼ੀਆ ਦੇ ਵਿੱਚ ਦਰਸ਼ਕਾਂ ਬੇਪਰਿਆ ਕਿ ਗਨਨ ਯੂਰਪੀਨ ਨਾਨ ਐਸਈਈਪੋਜ਼ ਇਕਨੋਮਿਕਾ ਨਾਨ ਐਫਟਾ ਕੰਟਰੀ ਆ ਰਹੀ ਹੈ ਨਾ ਦਰ ਨਰਮਾਟਿਵਾ ਵਿਜੈਂਤੇ ਜਿਹੜਾ ਨਕਨੂੰਨ ਲਾਗੂ ਹੁੰਦਾ ਹੈ ਇਨ ਮੇਟੇਰੀਆ ਦੀ ਦੁਰਾਤਾ ਮੈਕਸੀਮਾ ਦੀ ਗੀਦਾ ਜਿਹੜਾ ਟਾਈਮ ਹੈਗਾ ਮੈਕਸਿਮਮ ਡਰਾਈਵ ਕਰਨੇ ਦਾ ਨੋਨ ਸੀ ਐਪਲੀਕਾ ਨਹੀਂ ਅਪਲਾਈ ਹੋਵੇਗਾ ਇਕੰਦੂਚੀਆ ਤਦਵੀ ਕੋ ਲਈ ਦੀ ਮਾਸਾ ਮੈਕਸੀਮਾ ਸੁਪਰੀਓਰ ਤਰਦਰਦਨ ਕਿੰਨੇ 3.5 ਨਾਲ ਸੁਪਰੀਓਰ ਉੱਪਰ ਉੱਪਰ ਹੋ ਵੀ ਨਹੀਂ ਅਪਲਾਈ ਹੋਵੇਗਾ ਇੱਥੇ ਫਾਲਸ ਹੋ ਗਿਆ ਕਿਤਰੇ ਨਰਮੋ ਕੀ ਜਿਹਤਰ ਨਾਲ ਕਦੀ ਇਹ ਨਰਮੋ ਕਿਉਂ ਕਿਉਂ ਨਹੀਂ ਅਪਲਾਈ ਹੋਵੇਗਾ ਜਿਹੜੀ 3.5 ਨਾਲ ਉੱਤੇ ਵਾਲੀ ਹੁੰਦੀ ਹੈ ਉਸੇ ਉੱਤੇ ਹੀ ਅਪਲਾਈ ਹੁੰਦਾ ਹੈ ਇਸ ਕਰਕੇ ਇਹ ਨਿਹਾਇਤ ਫਜ਼ੂਲ ਤਰੀਨ ਗੱਲ ਕੀਤੀ ਨੇ ਗਲਤੀ ਨੇ ਮੇ ਫਾਲਸ ਹੋਇਆ ਇਹ ਕਿਉਂ ਨਹੀਂ ਅਪਲਾਈ ਰਬਲ ਕੋ ਜ਼ਰੂਰ ਵੀ ਜ਼ਰੂਰ ਅਪਰਾਈ ਹੋਣਾ ਸੀ ਆਕਨੇ ਪੇ ਇਨ ਨਾਰਮਾਟਿਵਾ ਜਿਹੜਾ ਕਾਨੂੰਨ ਹੈਗਾ ਵਿਜਨ ਜਿਹੜਾ ਲਾਗੂ ਹੁੰਦਾ ਹੈ ਇਨ ਮੇਟੇਰੀਆ ਦੀ ਦੋਰਾਟਾ ਮੈਕਸੀਮਾ ਡਗੁਈ ਦਾ ਜੇਲਾ ਮੈਕਸਿਮਲ ਦੋਰਾਟਾ ਟਾਈਮ ਕਰਨ ਦਾ ਡਰਾਈਵ ਕਰਨੇ ਦਾ ਨੋਨ ਜੇ ਅਪਲਾਈ ਕਰੰਦੂ ਚਾਹਤੇ ਨਹੀਂ ਅਪਲਾਈ ਵਗੈਰ ਡਰਾਈਵਰ ਦੇ ਹੁੰਦਾ ਹੈ ਦੀ ਵਿਕੋਲੀ ਯੂਟੀਲੀਜ਼ੋ ਦਾ ਸੋਸੀਆਤਾ სპੋਰਟੀਵਾ ਜਿਹੜੀ ਸੋਸਾਇਟੀ ਹੁੰਦੀ ਹੈ ਬਣੀ ਹੋਈ ਸਪੋਰਟਸ ਦੇ ਸੈਕਟਰ ਦੇ ਲਈ ਉਹਦੇ ਲਈ ਜਿਹੜੀ ਗੱਡੀ استعمال ਹੋਈ ਕਿਵੇਂ ਹੁੰਦੇ ਨੇ ਬੱਸਾਂ ਵਗੈਰਾ ਖਲਾਣੀਆਂ ਨੂੰ ਲੈ ਕੇ ਜਾ ਰਹੀਆਂ ਇਹ ਉਹ ਇਦਾਂ ਦੀ ਚੀਜ਼ਾਂ ਜੇ ਕੋਈ ਇਹਦੇ ਲਈ ਸਪੋਰਟਸ ਦੇ ਸੈਕਟਰ ਦੇ ਲਈ ਕੋਈ ਬਣੀ ਹੋਈ ਹੈ ਗੱਡੀ ਸਪੈਸ਼ਲ ਹੈ ਕਹਿੰਦੇ ਉਹਦੇ ਲਈ ਨੌਨ ਸੀ ਅਪਲਾਈ ਕਰਨਾ ਨਹੀਂ ਅਪਲਾਈ ਹੋਣਾਗਾ ਕਿਉਂ ਨਹੀਂ ਅਪਲਾਈ ਹੋਣਾਗਾ ਗਲਤ ਗਿਣੇ ਪਹਾਲਸ ਹੋਇਆ ਜਿਨ੍ਹਾਂ ਨੂੰ ਛੂਟ ਹੈਗੀ ਹੈ ਨਾ ਉਹ ਮੈਂ ਤੁਹਾਨੂੰ ਦੱਸ ਚੁੱਕੇ ਹਾਂ ਸਹੀ ਕੇ ਫਿਰ ਉਹਨਾਂ ਦੇ ਬਾਰੇ ਡਿਟੇਲ ਨਾਲ ਗੱਲ ਕਰਾਂਗੇ ਇਹ ਜਿਹੜੀਆਂ ਹੁੰਦੀਆਂ ਨੇ 50 ਕਿਲੋਮੀਟਰ ਦੇ ਅੰਦਰ ਸਫ਼ਰ ਕਰਦੀਆਂ ਗੱਡੀਆਂ ਬੱਸਾਂ ਯਾਨੀ ਕਿ ਉਹਨਾਂ ਦਾ ਟੂਰ ਹੀ 50 ਕਿਲੋਮੀਟਰ ਦੇ ਅੰਦਰ ਹੁੰਦਾ ਹੈ ਇਹ ਸ਼ਹਿਰ ਦੇ ਵਿੱਚ ਘੁੰਮੀ ਜਾਂ ਟਰੱਕ ਜਿਹੜੇ ਟਰੈਕਟਰ ਵਗੈਰਾ ਟਾਈਪ ਦੀਆਂ ਗੱਡੀਆਂ ਚਾਲੀ ਕਿਲੋਮੀਟਰ ਪਰ ਆਵਰ ਤੋਂ ਸਪੀਡ ਵੱਧ ਨਹੀਂ ਹੁੰਦੀ ਜਾਂ ਫਿਰ ਅ ਹੰਦੀ ਨੇ ਐਮਬुलेंस ਵਗੈਰਾ ਜਾਂ ਫਿਰ ਬਿਜਲੀ ਦੇ ਰਫੋ ਕੋ ਜਾਂ ਫਿਰ ਨਾਨ ਕਮਰਸ਼ੀਅਲ 450 ਸਿੱਤੇ ਵਰਗਾਂ ਲਾਦੇ ਨਾਨ ਕਮਰਸ਼ੀਅਲ ਜਿਹੜੀ ਗੱਡੀਆਂ ਯੂਜ਼ ਹੁੰਦੀਆਂ ਨੇ ਜਿਵੇਂ ਕਮੂਨੇ ਵਗੈਰਾ ਲਈ ਯੂਜ਼ ਹੋਣਾ ਪਉਨ ਠੀਕ ਹੈ ਤੇ ਸਰਵਿਸ ਦੇ ਪਿਆਜ਼ਾ ਵਗੈਰਾ ਜੀ ਪਿਆਜ਼ਾ ਵਗੈਰਾ ਜਿਨ੍ਹਾਂ ਨੂੰ ਕਹਿੰਦੇ ਨੇ ਗੱਡੀਆਂ ਨੂੰ ਵੱਡੀਆਂ ਹੈਵੀ ਗੱਡੀਆਂ ਹੁੰਦੀਆਂ ਔਰ ਜਾਂ ਫਿਰ ਸਟੋਰੀਗੋ ਆਤੋ ਸਟੋਰੀਗੋ ਜਾਂ ਫਿਰ ਜਿਹੜੀ ਗੱਡੀ ਹੁੰਦੀ ਹੈ 100 ਕਿਲੋਮੀਟਰ ਦੇ ਅੰਦਰ ਚੱਲਦੀ ਹੈ ਸਕੋਰਸ ਸਤਰਾਦਲੇ ਇਨਨ ਛੂਟ ਹੁੰਦੀ ਹੈ ਤੇ ਇਹ ਜਿਹੜੀ ਕਾਰ ਨੇ ਸੋਸੀਆਤਾ Sportiva ਇਨਨ ਛੂਟ ਨਹੀਂ ਹੁੰਦੀ ਫਾਲਸੋ ਦੋਨੋਂ ਮਤੀਵਾ ਵਿਜੇਨ ਤੇ ਜਿਹੜਾ ਕਾਨੂੰਨ ਲਾਗੂ ਹੁੰਦਾ ਹੈ ਦਰਾ ਤਮਾਸੀਮਾ ਦੇ ਗੋਦਾ ਮੈਕਸਮਮ ਡਰਾਈਵ ਕਰਨ ਦਾ ਟਾਈਮ ਨੋਨਸੀ ਐਪਲੀਕਾ ਗੰਦੂ ਚੈਂ ਤੇ ਦੀ ਆਟੋਬਸ ਆਟੋਬਸ ਰੈਵਲ ਇੰਦੀ ਐਪਲਾਈ ਨਹੀਂ ਹੋਵੇਗਾ ਅ ਮੈਟ੍ਰਿਕੁਲਾਤੋ ਅਲ ਸਰਵਿਸੋ ਦੀ ਨੋਲੇਜਿਓ ਕੋਨ ਕੰਦੂ ਜੈਂਤੇ ਜਿਹੜੇ ਸਰਵਿਸ ਲਈ ਇਹਨਾਂ ਨੋਲੇਜਿਓ ਕੋਨ ਕੰਦੂ ਜੈਂਦੇ ਕਰਾਇਆ ਵਗੈਰਾ ਦੀ ਸਰਵਿਸ ਦੇ ਲਈ ਡਰਾਈਵਰ ਦੇ ਨਾਲ ਉਹ ਕਹਿੰਦੇ ਨੇ ਕਿ ਉਹਦੇ ਲਈ ਅਪਲਾਈ ਨਹੀਂ ਹੋ ਲਗਾ ਕਿਉਂ ਨਹੀਂ ਅਪਲਾਈ ਹੋਵੇਗਾ 10 ਬੰਦੇ ਦੀ ਗੱਡੀ ਹੋਗੀ ਵਾਸਤਾ 10 ਬੰਦੇ ਦੀ ਹੁੰਦੀ ਇਹਨਾਂ 10 ਤੋਂ ਵੱਧ ਹੀ ਹੁੰਦੇ ਨੇ ਠੀਕ ਹੈ 10 10 ਪਲੱਸ ਬੰਦੇ ਹੁੰਦੇ ਨੇ 10 ਬੰਦੇ ਵਾਲੀ ਗੱਡੀ ਹੋਗੀ 9 ਤੋਂ ਪਲੱਸ ਹੋਗੇ ਕੰਪਰੈਸੋ ਕੰਦੂ ਜੈਂਤੇ ਤੇ ਫਿਰ ਅਪਲਾਈ ਹੁੰਦਾ ਇਸ ਕਰਕੇ ਫਾਲਸੋ ਨਰਮਾਟਿਵ ਜਿਹੜਾ ਕਾਨੂੰਨ ਹੈਗਾ ਇਨ ਮੈਟੀਰੀਆ ਦੀ ਦੁਰਾਤਾ ਮੈਕਸਿਮਮ ਟਾਈਮ ਜਿਹੜਾ ਹੈਗਾ ਡਰਾਈਵ ਕਰਨ ਦਾ ਨੋਨਸੀ ਐਪਲੀਕਾ ਨਹੀਂ ਅਪਲਾਈ ਹੋਵੇਗਾ ਅਲਕੰਦਿਚੰਤ ਦੀ ਆਪ ਤੋਂ ਵੀ ਕੋ ਲੋ ਜਿਹੜਾ ਤ ਵੀ ਕੋ ਦਾ ਡਰਾਈਵਰ ਹੈਗਾ ਐਦ ਪਰ ਸਕੋਰਸਸ ਤਰਾਦਲੇਰ ਸਕੋਰਸਸ ਤਰਾਦਲੇ ਜਿਹੜਾ ਡਰਾਈਵਰ ਹੈਗਾ ਸਕੋਰਸਸ ਤਰਾਦਲੇ ਜਿਹੜੀ ਹੁੰਦੀ ਹੈ ਨਾ ਉਹਦੇ ਵਿੱਚ ਲਿਮਟ ਹੈਗੀ 100 ਕਿਲੋਮੀਟਰ ਦੇ ਅੰਦਰ ਚੱਲੇ ਤੇ ਫਿਰ ਕੋ ਨਹੀਂ ਹੋਣਾ ਫਿਰ ਇਹ ਵੀ ਕੋ ਲਈ ਐਕਸਕਲੂਸਿਵ ਚ ਆਉਣਗੀਆਂ ਜੇ 100 ਕਿਲੋਮੀਟਰ ਤੋਂ ਵੱਧ ਹੋਵੇਗਾ ਤਾਂ ਫਿਰ ਐਸਕਲੂਜ਼ ਹੀ ਨਹੀਂ ਹੈ ਵੀ ਕਿ ਨੋਨ ਸੀ ਐਪਲੀਕਾ ਕੰਦੂ ਚੇਂਦੀ ਅਤੇ ਵਿਗੋਲੀ ਐਦ ਅਤੇ ਵਿਗੋਲੀ ਤੇ ਅਪਲਾਈ ਨਹੀਂ ਹੋਣਾਗਾ ਕਿਉਂ ਨਹੀਂ ਹੋਣਾਗਾ ਵਿਗੋਲੀ ਤੇ ਤੇ ਅਪਲਾਈ ਹੋਵੇਗਾ ਇਥੇ ਫਾਲਸ ਹੋ ਗਿਆ ਐਦ ਐਦ ਪਰਸ ਕੋਰਸ ਸਤਦਾਲੀ ਵਰਸ ਕੋਰਸ ਸਤਦਾਲੀ ਦੇ ਕਿਉਂ ਪਰਾਨੋ ਸੁਰਾਤ ਸਤਦਾ ਜਿਹੜੀ ਆਟੋਸਰਾ ਦੇ ਅਪਰੇਟ ਕਰਦੀਆਂ ਨੇ ਜਿਹੜੀ ਆਟੋਸਰਾ ਦੇ ਅਪਰੇਟ ਕਰਦੀ ਹੋਵੇਗੀ ਉਸ 100 ਕਿਲੋਮੀਟਰ ਅੰਦਰ ਹੀ ਅਪਰੇਟ ਕਰਦੀ ਹੋਵੇਗੀ ਇਸ ਕਰਕੇ ਇਹ ਆਟੋਸਰਾ ਦੇ ਵਾਦੀ ਜਿਹੜੀ ਸਕੋਰਸ ਸਤਦਾਲੀ ਹੈ ਉਥੇ ਅਪਲਾਈ ਹੋਵੇਗਾ ਕਿ ਨੋਨ ਸੀ ਐਪਲੀਕਾ ਨਹੀਂ ਅਪਲਾਈ ਹੋਣਗਾ ਫਾਲਸ ਹੋ ਇਹ ਗੈਨ ਬੀ ਇਨ ਤੇਮਾ ਦੀ ਦਰਾਤਮਾ ਦੀ ਗਵੀਦਾ ਦਰਾਤ ਦੇ ਲੈ ਜੇ ਦਰਾਤਾ ਟਾਈਮ ਹੈਗਾ ਡਰਾਈਵ ਕਰਨ ਦਾ ਕੰਦੂਚਾਂ ਦੇ ਡਰਾਈਵਰ ਦਾ ਦੀ ਵਿਕੋਲੀ ਅਦੀ ਪੀ ਤੇਲ ਟ੍ਰਾਂਸਪੋਰਟੋ ਦੀ ਪਰਸੋਨੇ ਜੀ ਗ੍ਰੀ ਟ੍ਰਾਂਸਪੋਰਟ ਕਰਨ ਵਾਲੀ ਹੈਗੀ ਇਹ ਬੰਦੇ ਇਹ ਦੀ ਕੌਜ਼ ਔਰ ਚੀਜ਼ਾਂ ਤਰੋਵਾਨੋ ਐਪਲੀਕਾਸੀਓਨੇ ਲੈ ਨੋਰਮੇ ਦਾ ਅਕੋਰਡੋ ਐਤਰ ਕਨੇ ਅਪਲਾਈ ਹੋਵੇਗਾ ਕਾਨੂੰਨ ਇਹਨਾਂ ਦੇ ਉੱਤੇ ਐਤਰ ਦਾ ਅਨਜੀ ਕੇ ਕੁਆਲੇ ਕੰਟੈਨੂਟ ਰੈਗਲਮੈਂਟ ਦੇ ਆ 561 ਬਾਰਾ 2006 ਜੀਈ ਨਾ ਕਿ ਜਿਹੜਾ ਐਤਰ ਦੀ ਅਲਾ ਵਜਾਏ 561 ਬਾਰਾ 2006 ਜੀਈ ਆਲਾ ਕਾਨੂੰਨ ਨਹੀਂ ਹੋਵੇਗਾ ਕੁਆਂਦੋ ਟਰਾਂਸਪੋਰਟ ਜਦ ਤੁਸੀਂ ਟਰਾਂਸਪੋਰਟ ਕਰਦੇ ਹੋ ਸੀ ਐਸ ਜਿਵਰੀ ਤੋਂ ਇਹ ਖਤਮ ਹੁੰਦਾ ਹੈ ਟਰਾਂਸਪੋਰਟ ਜਿਹੜਾ ਤੁਸੀਂ ਕਰਦੇ ਹੋ ਪੇ ਆਲਾ ਇੰਟਰਨਲ ਯੂਨੀਅਨ ਯੂਰੋਪਾ ਯੂਰਪੀਅਨ ਯੂਨੀਅਨ ਦੇ ਵਿੱਚ ਦਲਾਸਵੀਜੇਰੀਆ ਸਵਿਟਜ਼ਰਲੈਂਡ ਦੇ ਵਿੱਚ ਸਪਾਜ਼ ਇਕਨੋਮਿਕ ਐਵਰੋਪਾ ਸਈਈ ਵਿੱਚ ਰੀਸਪਾਜ਼ ਇਕਨੋਮਿਕ ਐਵਰੋਪਾ ਆਉਂਦੀ ਨੇ ਮਾ ਇੰਤਰੇਸ ਅਤਰੇਟਰੀ ਦੀ ਅਲਤ੍ਰੀ ਸਤਾਤੀ ਲੇਗਿੰ ਨੇ ਇਹਦੇ ਵਿੱਚ ਇੱਕ ਜੁੜੀ ਹੁੰਦੀ ਹੈ ਇੱਕ ਅਲਤ੍ਰੀ ਸਤਾਤੀ ਦੂਜਾ ਮਲਕ ਵੀ ਜੇ ਦੂਜਾ ਮਲਕੋ ਜੁੜਿਆ ਹੋਵੇਗਾ ਤਾਂ ਫਿਰ ਕਿਹੜੀ ਲਾਗੂ ਹੋਣਾ ਚਾਹੀਦਾ ਹੈ ਦੂਜਾ ਮਲਕ ਹੋਵੇਗਾ ਜਿਵੇਂ ਕੇ ਨੰਦੂ ਛੱਡ ਕੇ ਰਸ਼ੀਆ ਮੰਨ ਲਓ ਜਿਵੇਂ ਅਸੀਂ ਐਗਜ਼ਾਮਪਲ ਦਿੰਦੇ ਆ ਤੇ ਜ਼ੈਰੀ ਗੱਲ ਉੱਥੇ ਫਿਰ ਇਤਰ ਹੀ ਲਾਗੂ ਹੋਵੇਗਾ ਦੁਬਾਰਾ ਪੜਨੇ ਕੁਐਸਚਨ ਬੜਾ ਸੀਸ ਕਰਕੇ ਕਿੰਨੇ ਬੇ Tema di durata di guida, che è il tema, durata di guida. del di vigoli, è il driver di carriera. trasporto di persone, di cose, bambini e cose trasportate. Trovano applicazione norme dell'accordo accordo che nebbia e mille accordo applai. L'accordo ETHER è l'anzi che quale contenuto nella 504 ਨਾ ਕੇ ਜਿਹੜਾ 2006 CE ਵਾਲਾ ਕਾਨੂੰਨ ਲਾਗੂ ਹੋਵੇਗਾ ਇਹਤਰ ਲਾਗੂ ਹੋਵੇਗਾ ਨਾ ਕਿ ਇਹ 5 ਕਾਰਡ 2006 CE ਵਾਲਾ ਠੀਕ ਹੈ ਕਿਉਂ ਕਿਉਂ ਨਹੀਂ ਹੋਣ ਲਗਾ ਇਹ 2006 CE ਵਾਲਾ ਕਿਹਾ ਹੁੰਦਾ ਉਹਦੀ ਡਿਫੀਨੇਸ਼ਨ ਸਲਾ ਦੇਣ ਲੱਪਣਾ ਪੈਂਦਾ ਨੇ ਕੁਐਸਚਨ ਵੱਡਾ ਕੀਤੇ ਨੇ ਕਵਰ ਨਾ ਨਹੀਂ ਹੈ ਵੀ ਫੋਕਸ ਕਰਨਾ ਚੀਜ਼ ਤੇ ਹੁੰਦਾ ਠੀਕ ਹੈ ਕਿਨੇ ਇਹਤਰ ਨਹੀਂ ਇਹਤਰ ਲਾਗੂ ਹੋਵੇ ਗੋਵੇਗਾ ਨਾ ਕਿ 5 ਕਾਰਡ 12 2006 CE ਕੋੰਦੋ ਟ੍ਰਾਂਸਪੋਰਟੋ ਨੌਨ ਸੀ ਐਜ਼ਿਬ੍ਰੀਸ਼ੀ ਜਸਟੈਂਸ ਟ੍ਰਾਂਸਫਰ ਕਰਨਾ ਖਤਮ ਨਹੀਂ ਹੋਣਾ ਹੈ ਵੀ ਇਹ ala inte na dala ਇਹ ਤ੍ਰੈਤੋਰੀਆ ਯੂਨੀ ਰੋਪਾ ਯੂਰਪੀਅਨ ਯੂਨੀ ਵਿੱਚ ਖਤਮ ਨਹੀਂ ਹੁੰਦਾ ਕਿਉਂਕਿ ਸ਼ੁਰੂਤ ਯੂਰਪੀ ਵਿੱਚ ਹੁੰਦਾ ਲੇਕਿਨ ਖਤਮ ਯੂਰਪੀ ਵਿੱਚ ਨਹੀਂ ਹੁੰਦਾ ਦਲਸ ਵਿਜੀ ਏਰੀਆ ਸਵਿਜ਼ਰਲੈਂਡ ਦੇ ਵੀ ਜਰਾਫਤਾ ਦਾ ਮੈਂਬਰ ਹੈ ਇਦਾਂ ਲਾ ਸਪੇਸੀ ਇਕਨੋਮੀਕਾ ਏਵਰੋਪਾ ਔਰ ਯੂਰ ਸਪਾਜੀ ਕਨੂਮਬੀਆ ਐਸ ਈ ਈ ਦਾ ਮੈਂਬਰ ਹੈ ਇਹਨਾਂ ਵਿੱਚ ਖਤਮ ਨਹੀਂ ਹੁੰਦਾ ਮੰਤਰੀਏ ਸਤ ਤ੍ਰੈਤੋਰੀਆ ਦੀ ਯੂਨ ਆਲਟ੍ਰੀ ਸਟਾਤੀ ਲੇਕਿਨ ਇਹ ਦੇ ਵਿੱਚ ਖਤਮ ਹੋਣਾ ਜਿੱਥੇ ਜਾ ਕੇ ਇੱਕ ਹੋਰ ਸਤਾਤੋ ਇੱਕ ਹੋਰ ਮੁਲਕ ਹੈ ਯਾਨੀ ਕਿ ਰਸ਼ੀਆ ਵਗੈਰਾ ਜਿਵੇਂ ਫੋਰ ਐਗਜ਼ਾਮਪਲ ਤਾਂ ਫਿਰ ਇਹ ਤਰਹੀ ਲਾਗੂ ਹੋਵੇਗਾ ਨ ਅਏ ਕੰਦੇ ਬੇ ਇਹ ਇਹ ਰੈਗੂਲਮੈਂਟ ਨੰਬਰ ਜਿਹੜਾ ਰੈਗੂਲਮੈਂਟ ਜਿਹੜਾ ਕਾਨੂੰਨ ਹੈਗਾ 56412 2006 CE ਜਿਹੜਾ ਕਾਨੂੰਨ ਹੈਗਾ 56412 2006 ਹੀ ਜੀ ਦਾ ਮਟੀਰੀਅਲ ਦੀ ਦਰਾਤਾ ਮੈਕਸਿਮਾ ਦੇ ਗੀਦਾ ਮੈਕਸਿਮਮ ਬ੍ਰਾਈ ਕਰਨ ਦਾ ਟਾਈਮ ਜਿਹੜਾ ਹੈਗਾ ਸੀ ਐਪਲੀ ਕਾ ਪਰ ਟ੍ਰਾਂਸਪਰੀ ਟ੍ਰਾਂਸਪੋਰਟੀ ਸੂਏ ਆਟਬਸ ਟ੍ਰਾਂਸਪੋਰਟ ਕਰ ਲਈ ਆਟਬਸ ਨੂੰ 80 ਵੀਕੋਲੀ ਦੀ ਮਾਸਾ ਮੈਕਸਿਮਾ ਮਸੀ ਬਿਲੇ ਸੁਪਰੀਓਰੇ 3 35 ਟਨ ਲਾਤੇ ਜਾਂ ਫਿਰ ਜਿਹੜਾ ਜਾਸ ਹੁੰਦੀ ਹੈ 3 ya 5.2 a superiore da svolti tra union europea jira honda european union vich stati della specie economico europa ya fris seee vich jira honda kinne be jira kanun hai gaya 500 card 2006 ce in miti jira tamma maximum drive de karna jaa time jira hai gaya se applica apply hovega pa transportisuat bo transporto osso bicoli di massa massima ਮੇ ਸਿਬਿਲੇ ਮੈਕਸਿਮਮ ਜਿਹੜੀ ਜਾ ਸਕੀ ਹੈ ਸੁਪਰੀਓਰ ਤੇ 3.5 ਟਨ 3 3.4 ਟਨ ਲਾਤੇ ਸਾਢੇ 3 ਟਨ ਤੋਂ ਉੱਪਰ ਜਿਹੜਾ ਹੈਗਾ 16 ਤੀਤਰਾ ਯੂਨੀਅਨ ਯੂਰੋਪਾ ਜਿਹੜਾ ਯੂਰੋਪੀਅਨ ਯੂਨੀਅਨ ਵਿੱਚ ਕਰਦੇ ਹੋ ਉਸਤਾਜੀ ਉਸਤਾ ਤੋਂ ਦੀ ਦੇਲਾ ਸਪਾਜ਼ ਇਕਨੋਮਿਕ ਯੂਰੋਪਾ ਜਾਂ ਫਿਰ SEE ਵਿੱਚ ਕਰਦੇ ਹੋ ਤੇ ਉੱਥੇ ਕੀ ਹੋਵੇਗਾ ਅਪਲਾਈ ਹੋਵੇਗਾ ਕਾਨੂੰਨ 5612 2006 CE ਜਿਹੜੀ ਗੱਲ ਹੈ ਕਿ ਤੁਸੀਂ ਇਹਦੇ ਵਿੱਚ ਹੀ ਖਤਮ ਹੋ ਰਹੇ ਹੋ ਯੂਰੋਪੀਅਨ ਯੂਨੀਅਨ ਵਿੱਚ ਹੀ ਕਰ ਰਹੇ ਹੋ ਤਾਂ ਫਿਰ ਅਪਲਾਈ ਤਾਂ ਹੋਵੇਗਾ ਠੀਕ ਹੈ ਯਾ ਆਟੋਬਸ ਯਾ ਫਸਰਕ ਤੇਨ ਤੋਂ ਟੈਲੀ ਗੱਡੀ ਆ ਕਿੰਨੇ ਵੀ ਕੰਦੂ ਚੰਦੇ ਯਾ ਡਰਾਈਵਰ ਹੈ ਆਟੋਬਸ ਬੇਸਿਕਲੀ ਨੌ ਤੋਂ ਪਲਸ ਬੰਦੇ ਹੀ ਲੈ ਕੇ ਜਾਣੀ ਹੁੰਦੀਆਂ ਨੇ ਡਿਪੈਂਡ ਕਰਦੇ ਕਿ ਆਟੋਬਸ ਤੇ ਕਿੰਨੀ ਵੱਡੀ ਹੈ ਕਿੰਨੀ ਛੋਟੀ ਹੈ ਕਿ ਨਹੀਂ ਇਹ ਕੰਦੂ ਚੰਦੀ ਆਟੋਬਸ ਗੋਲੀ ਜੇ ਡਰਾਈਵਰ ਹੈਗਾ ਤਾਂ ਸੋਰੀ ਕੰਦੂ ਚੰਦੀ ਦੀ ਆਟੋਬਸ ਦੀ ਉਹ ਆਟੋਬਸ ਇਹ ਕਾਟੋਬਸ ਜਿਹੜਾ ਡਰਾਈਵਰ ਹੈਗਾ ਮੈਟ੍ਰਿਕੂਲਾ ਤੋਂ ਇਟਾਲੀਆ ਜਿਹੜੀ ਕਿ ਨੰਬਰ ਪਲੇਟ ਇਸ਼ੂ ਹੈ ਡਾਕੂਮੈਂਟ ਇਸ਼ੂ ਹੈ ਨਾ ਗੱਡੀ ਹੈਗੀ ਹੈ ਇਟਾਲੀਅਨ ਕੈਸੀ ਰੀਕੀ ਅਨ ਰੈਸ਼ ਫਰਾਂਸ ਚ ਜਾ ਜਿਹਨੇ ਕੇ ਫਰਾਂਸ ਜਾਣਾ ਠੀਕ ਹੈ ਉਨ ਟਰਾਲੀ ਗੱਡੀਏ ਜਾਣਾ ਉਹਨਾਂ ਫਰਾਂਸ ਹੈ ਯੂਰਪੀਅਨ ਵਿੱਚ ਜਾਣਾ ਨਾ ਫਿਰ 5612 2006 ਚ ਇਹ ਲੱਗਣਾ ਚਾਹੀਦਾ ਨਾ ਨਾ ਕਹਿੰਦੇ ਸਤੋ ਯੂਨੀਅਨ ਯੂਰਪੀਅਨ ਵਿੱਚ ਦੇਵ ਜ਼ਰਵਾਰੇ ਟੈਂਪੀ ਮਾਸੀਮੀ ਵੀ ਦਾ ਕਹਿੰਦੇ ਮੈਕਸਿਮਮ ਟਾਈਮ ਡਰਾਈਵ ਕਰਨ ਦਾ ਉਹ ਧਿਆਨ ਰੱਖੇ ਗਵੀਦਾ ਪ੍ਰਵਿਸਟੋ ਦਾ ਲ ਅਕੋਰਡੋ ਐਹਟਰ ਕਹਿੰਦੇ ਅਕੋਰਡੋ ਕਾਨੂੰਨ ਜਿਹੜਾ ਐਹਟਰ ਦਾ ਹੈਗਾ ਉਹਦੇ ਅਕੋਰਡਿੰਗ ਯਾਰ ਇਹ ਐਥਰ ਦੇ ਅਕੋਰਡਿੰਗ ਤੇ ਥੋੜੀ ਆਵੇਗਾ ਕਿਉਂਕਿ ਯੂਰੋਪੀਅਨ ਯੂਨੀਅਨ ਨੇ ਵਿੱਚ ਐ ਇਸ ਕਰਕੇ 561/12/2006 ਜਿਹੜਾ 12 CE ਆਵੇਗਾ ਇਸ ਕਰਕੇ ਗਲਤੀ ਨੇ ਫਾਲਸ ਹੋਇਆ ਜਿਹੜਾ ਕਿ ਤੁਸੀਂ ਚੀਕੂ ਜੀ ਕਰ ਲਗੇ ਹੋ ਐਸੇ ਬਾਰੇ ਫੋਕਸ ਕਰਨ ਲਗੇ ਨੇ ਤੁਹਾਨੂੰ ਐਥਰ ਇੱਥੇ ਲਾਗੂ ਨਹੀਂ ਹੈ ਨਾ ਐਥਰ ਯੂਰਪ ਤੋਂ ਬਾਹਰ ਜਾਓਗੇ ਜਿਵੇਂ ਰਸ਼ੀਆ ਵੈ ਤਾਂ ਲਾਗੂ ਹੋਵੇ ਹਾਂਜੀ ਤੇ ਲੋ ਜੀ ਅਸੀਂ ਗੱਲ ਕਰਾਂਗੇ ਉਹਨੂੰ ਵੀ ਕੋ ਲਈ ਇੱਕ ਐਕਸਕਲੂਜੀ ਵਿਕੋਲ ਐਸਕਲੂਜੀ ਜਿੰਨਾ ਗੱਡੀਆਂ ਦੇ ਉੱਤੇ ਲਾਗੂ ਨਹੀਂ ਹੁੰਦਾ ਰੈਗੂਲਾ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਾ ਹਾਂ 12 ਨੰਬਰ ਚੈਪਟਰ ਵਿੱਚ ਐਸੀ ਮਜ਼ੀਦ ਡਿਟੇਲ ਦੇ ਨਾਲ ਦੱਸ ਚੁੱਕੇ ਹਾਂ ਤੁਹਾਨੂੰ ਜਿਹੜੀਆਂ ਗੱਡੀਆਂ ਐਸਕਲੂਜੀ ਨੇ ਜਿਹੜੀਆਂ ਗੱਡੀਆਂ ਐਸਕਲੂਜੀ ਯਾਨੀ ਕਿ ਜਿਨ੍ਹਾਂ ਦੇ ਉੱਤੇ ਲਾਗੂ ਨਹੀਂ ਹੁੰਦਾ ਜਿਨ੍ਹਾਂ ਨੂੰ ਪ੍ਰਭਾਵੀ ਅਸਰ ਅੰਦਾਜ਼ ਨਹੀਂ ਕਰਦਾ ਰੈਗੂਲਾ ਕਾਨੂੰਨ ਜਿਹੜਾ ਹੈਗਾ 500 ਕਾਰ 2006 CE ਭਾਵੇਂ ਗੱਡੀਆਂ 3.5 ਟਨ ਤੋਂ ਉੱਤੇ ਵੀ ਹੋਣ ਫਿਰ ਵੀ ਇਹ ਪ੍ਰਭਾਵੀਤ ਨਹੀਂ ਕਰਦਾ ਕਿਹੜੀ ਗੱਡੀਆਂ ਨਹੀਂ ਕਰਦਾ ਇੱਕ ਨੰਬਰ ਤੇ ਦੇਖ ਲਓ ਜੀ ਗੱਡੀ ਹੁੰਦੀ ਹੈ ਜਿਹੜੀ ਕਿ ਸਰਵਿਸ ਯੋ ਰੈਗੂਲ ਫੀਨੋ ਆ 50 ਕਿਲੋਮੀਟਰ ਪੰਜਾਹ ਕਿਲੋਮੀਟਰ ਜਿਹੜੀ ਐ ਤੱਕ ਜਿਹੜੀ ਰੈਗੂਲਰਲੀ ਸਰਵਿਸ ਕਰ ਰਹੀ ਹੋਵੇ ਯਾਨੀ ਕਿ ਕੋਈ ਬੱਸ ਵਗੈਰਾ ਹੁੰਦੀ ਹੈ ਜਿਹੜੀ ਕਿ ਇੱਕ ਏਰੀਆ ਵਿੱਚ ਸਰਵਿਸ ਕਰ ਰਹੀ ਹੋਵੇ ਪਬਲਿਕ ਸਰਵਿਸ ਲਈ ਯੂਜ਼ ਹੁੰਦੀ ਹੈ ਯੂਐਸ ਮੈਕਸਿਮਮ 50 ਕਿਲੋਮੀਟਰ ਤੱਕ ਹੁੰਦਾ ਹੈ ਬਾਈ ਪਬਲਿਕ ਸਰਵਿਸ ਉਹ ਜਿੱਦੂ ਵੱਧ ਰਹਾਂਦੀ ਹੋਵੇ ਉਹਦੇ ਲਈ ਵੀ ਕਰ ਤੱਕ ਗ੍ਰਾਫਿਕ ਉੱਤੇ ਲੋਡ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ 50 ਕਿਲੋਮੀਟਰ ਤੋਂ ਵੱਧ ਜਾਣਾ ਹੀ ਨਹੀਂ ਹੈ ਉਸ ਤੋਂ ਬਾਅਦ ਜਿਹੜੇ ਹੁੰਦੇ ਨੇ ਗੱਡੀਆਂ ਜਿਹੜੀਆਂ 40 ਕਿਲੋਮੀਟਰ ਪਰ ਹਾਅਰ ਤੋਂ ਓਵਰ ਸਪੀਡ ਨਹੀਂ ਹੋ ਸਕਦੀ ਜਿਵੇਂ ਕਿ ਟਰੈਕਟਰ ਹੁੰਦੇ ਨੇ ਫਾਰ ਇਗਜ਼ਾਮ ਟਰੈਕਟਰ ਵੀ ਜਿਹੜੇ ਨੇ 40 ਕਿਲੋਮੀਟਰ ਪਰ ਹਾਅਰ ਤੋਂ ਉਪਰ ਸਪੀਡ ਜਿਹੜੇ ਨਹੀਂ ਹੁੰਦੇ ਉਹ ਵੀ ਐਕਸਕਲੂਜ਼ੀ ਹੁੰਦੇ ਨੇ ਉਹਨਾਂ ਨੂੰ ਵੀ ਇਹ ਰੈਗੂਲਰ 500 ਕਾਰਡ 122006 12C E ਲਾਗੂ ਨਹੀਂ ਹੁੰਦਾ ਵੀ ਜਿਹੜੀਆਂ ਵਿਜਲੀ ਦਰਫੋਂ ਕੋ ਅਗ ਬਜਾਨ ਵਾਲੀ ਗੱਡੀਆਂ ਹੁੰਦੀਆਂ ਨੇ ਇਸ ਤੋਂ ਬਾਅਦ ਜਿਹੜੀਆਂ ਆਉਂਦੀਆਂ ਨੇ ਕਮਰਸ਼ੀਅਲ ਦੇ ਤੌਰ ਤੇ ਯੂਜ਼ ਨਹੀਂ ਨਾਨ ਕਮਰਸ਼ੀਅਲ ਇਹ ਫਿਨੋਸ ਸੇ ਤੇ ਵਰਗਲਾ ਚੀਕ ਤੋਂ ਲਾਤੇ ਜਿਵੇਂ ਸਰਵਿਸ ਪਲਾਜ਼ਾ ਗੱਡੀਆਂ ਨਹੀਂ ਹੁੰਦੀਆਂ ਵੀ ਸਰਵਿਸ ਪਲਾਜ਼ਾ ਸੀ ਕੋਨ ਤੋਂ ਤੇਰ ਜੀ ਕੋਨ ਤੋਂ ਪ੍ਰੋਪੀਅਲ ਨਾਲ ਸਰਵਿਸ ਪਲਾਜ਼ਾ ਹੀ ਪੜਦੇ ਆ ਜਿਹੜੀ ਗਵਰਨਮੈਂਟ ਦੇ ਅੰਡਰ ਕੰਮ ਕਰ ਉਹ ਗੱਡੀਆਂ ਜੇ ਜਿਹੜੀਆਂ ਭਾਵੇਂ ਨੋਨ ਕਮਰਸ਼ੀਅਲ ਜਿਨ੍ਹਾਂ ਨੂੰ ਕਹਿੰਦੇ ਨੇ ਉਹ 750 ਤਨ ਤੱਕ ਹੋਣਦੇ ਉਹਨਾਂ ਦੇ ਲਈ ਵੀ ਐਲ ਕਾਨੂੰਨ ਲਾਗੂ ਨਹੀਂ ਹੁੰਦਾ 5612 2006 2012 2023 ਇਹਦੇ ਤੋਂ ਇਲਾਵਾ ਸਟੋਰੀਕੋ ਜਿਹੜੀ ਵਿਕੋਲੀ ਸਟੋਰੀਕੋ ਹੁੰਗੀਆਂ ਉਹਨਾਂ ਤੇ ਵੀ ਕਾਨੂੰਨ ਨਹੀਂ ਲਾਗੂ ਆਉਂਦਾ ਵੀ ਉਹਦੇ ਤੋਂ ਇਲਾਵਾ ਇਹ ਜਿਹੜੀ ਸਕੋਰਸ ਤਰਾਦਾ ਲੀ ਹੁੰਦੀ ਹੈ ਫੋਕਸ ਰੱਖਣਾ ਧਿਆਨ ਰੱਖਣਾ ਜਿਹੜੀ 100 ਕਿਲੋਮੀਟਰ ਹੋਵੇਗੀ ਨਾ ਅੰਡਰ ਕੰਮ ਕਰਦੀ ਹੋਵੇਗੀ 100 ਕਿਲੋਮੀਟਰ ਦੇ ਵਿੱਚ ਵਿੱਚ ਉਹਨਾਂ ਤੇ ਵੀ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਜਿਹੜੀ 100 ਕਿਲੋਮੀਟਰ ਤੋਂ ਓਵਰ ਕਰਦੀ ਹੋਵੇਗੀ ਜਿਵੇਂ ਕਿ ਫ੍ਰੀਜ਼ੈਂਪਲ ਆਟੋ ਸਰਾ ਦੇ ਵਾਲੀਆਂ ਗੱਡੀਆਂ ਨੇ ਨਿਸਕੋਰ ਸਰਾ ਦੇ ਆਟੋ ਸਰਾ ਦੇ ਜਿਹੜੀ ਚਲਦੀਆਂ ਨੇ ਜ਼ਿਆਰੀ ਕਲੇ ਉਹਨਾਂ ਦਾ ਰੇਂਜ 100 ਕਿਲੋਮੀਟਰ ਤੋਂ ਵੱਧ ਹੁੰਦੀ ਹੈ ਫਿਰ ਉਹਨਾਂ ਦੇ ਵਿੱਚ ਜਿਹੜਾ ਕਰਤਾ ਤਾਂ ਕਿ ਟ੍ਰੈਫਿਕ ਲਾਜ਼ਮੀ ਹੈ ਯਾਨੀ ਕਿ ਉਹ ਉਹਨਾਂ ਨੂੰ ਅਸਰ ਅੰਦਾਜ਼ ਯਾਨੀ ਕਿ ਉਹਨਾਂ ਨੂੰ ਲਾਗੂ ਹੁੰਦਾ ਪ੍ਰਭਾਵਿਤ ਕਰਦਾ ਹੈ 564 12206 12 ਸੀ ਜਿਹੜਾ ਕਾਨੂੰਨ ਹੈ ਯਾਨੀ ਕਿ ਜੇ ਫੀਨੋਸ ਚੰਤਕਲਿਮੈਟਰੀ ਸਕੋਰ ਸਤਰਾਦਾਲੀ ਉਹਦੇ ਫਿਰ ਨੂੰ ਪ੍ਰਭਾਵਿਤ ਅਸਰੰਦਾਜ਼ ਨਹੀਂ ਕਰਦੀ ਫਿਰ ਇਸ ਤੋਂ ਇਲਾਵਾ ਐਂਬੂਲੈਂਸ ਜਿਹੜੀਆਂ ਆਉਂਦੀਆਂ ਨੇ ਐਂਬੂਲੈਂਸ ਵੀ ਜਿਹੜੀਆਂ ਨੇ ਇਹਨਾਂ ਨੂੰ ਵੀ ਇਹ ਇਹ ਜਿਹੜੀਆਂ ਗੱਡੀਆਂ ਨੇ ਐਂਬੂਲੈਂਸ ਇਹ ਵੀ ਐਸਕਲੂਜ਼ ਹੀ ਹੁੰਦੀਆਂ ਨੇ ਆਪਣਾ 500 ਕਾਰ 1220612 CE ਦੇ ਕਾਨੂੰਨ ਤੋਂ ਫਿਰ ਇਸ ਤੋਂ ਇਲਾਵਾ ਆਰਮੀ ਦੀਆਂ ਗੱਡੀਆਂ ਫਿਰ ਰੋਡ ਤੇ ਸਫਾਈ ਸੁਥਰਾਈ ਕਰਨ ਵਾਲੀ ਗੱਡੀਆਂ ਇਸ ਟਾਈਪ ਦੀਆਂ ਗੱਡੀਆਂ ਜਿਹਨੀਆਂ ਨਾਲ ਹੋਰ ਕਾਫੀ ਕਿਸਮ ਦੀਆਂ ਹੁੰਦੀਆਂ ਨੇ ਇਸ ਟਾਈਪ ਦੀਆਂ ਤੇ ਇਹ ਲੋਜੀ ਤਕਰੀਬਨ ਗੱਡੀਆਂ ਜਿਹੜੀਆਂ ਹੁੰਦੀਆਂ ਨੇ ਇਹ ਸਾਰੀਆਂ ਐਸਕਲੂਜ਼ੀ ਹੁੰਦੀਆਂ ਨੇ ਜਿਹਦੇ ਵਿੱਚ ਮੈਂ ਫਿਰ ਤੁਹਾਨੂੰ ਦੱਸ ਰਿਹਾ 12 ਨੰਬਰ ਚੈਪਟਰ ਦੇ ਵਿੱਚ ਜਿਹੜਾ ਚੀਕੂਚੀ ਮਰਚੀ ਦਾ ਪਹਿਲਾ ਚੈਪਟਰ ਮੈਂ ਸਟਾਰਟ ਕੀਤਾ ਸੀ ਉਹਦੇ ਵਿੱਚ ਮਜ਼ੀਦ ਡਿਟੇਲ ਦੇ ਨਾਲ ਦੱਸਿਆ ਹੋਇਆ ਹੈ ਕਿਹੜੀ ਕਿਹੜੀ ਐਸਕਲੂਜ਼ੀ ਨੇ ਜਿਨ੍ਹਾਂ ਨੂੰ ਅਸਰਦਾਦ ਨਹੀਂ ਕਰਦਾ 561 12 2006 12 CE ਸ਼ੁਰੂ ਕਰਨ ਦੇ ਜਿਹੜੇ ਬਾਰੇ ਕੁਐਸਚਨ ਜਿਹੜਾ ਪਹਿਲਾ ਹੈ ਕਿ ਨਾ ਰੈਗੂਲਮੈਂਟ ਤੇ ਰੈਗੂਲਮੈਂਟ ਉਹ ਜਿਹੜਾ ਕਾਨੂੰਨ ਹੈਗਾ ਇਲ ਨੰਬਰ 561 12 2006 12 CE ਇਹ ਜਿਹੜਾ ਕਾਨੂੰਨ ਹੈਗਾ ਇਨ ਮਟੀਰੀਆ ਦੀ ਦੁਰਾਤਾ ਮਾਸੀਮਾ ਦੀ ਗਵੀਦਾ ਜਿਹੜਾ ਮੈਕਸਿਮਮ ਡਰਾਈਵ ਕਰਨ ਦਾ ਟਾਈਮ ਹੈਗਾ ਨੌਨ ਸੀ ਅਪਲੀਕਾ ਨਹੀਂ ਅਪਲਾਈ ਹੋਵੇਗਾ ਇਕੰਦੂ ਚੰਤੇ ਦੀ ਆਟੋਬੂਸ ਆਟੋਬੂਸ ਦੇ ਡਰਾਈਵਰ ਲਈ ਅਪਲਾਈ ਨਹੀਂ ਹੋਵੇਗਾ ਕਿਹੜੇ ਆਟੋਬੂਸ ਦੇ ਡਰਾਈਵਰ ਲਈ ਅਪਲਾਈ ਨਹੀਂ ਹੋਵੇਗਾ ਇਨ ਸਰਵਿਸ ਜੋ ਰੈਗੂਲਰ ਦੀ ਲੀਨੀਆਂ ਜਿਹੜਾ ਸਰਵਿਸ ਜੋ ਰੈਗੂਲਰ ਦੀ ਲੀਨੀਆਂ ਹੈ ਯਾਨੀ ਕਿ ਰੈਗੂਲਰਲੀ ਸਰਵਿਸ ਕਰ ਰਿਹਾ ਹੈ ਇਨ ਪਰ ਕੋਰਸ ਆਨ ਨੌਨ ਸੁਪਿਆ ਸੁਪੇਰਾ ਇ ਚਿਕਵਾਂ ਦਾ ਕਿਲੋਮੀਟਰ ਜਿਹੜਾ ਇੱਕ ਪਰ ਕੋਰਸ ਕਰਦੀ ਹੈ 50 ਕਿਲੋਮੀਟਰ ਤੋਂ ਵੱਧਾ ਨਹੀਂ ਹੈ ਜਿੰਨਕੇ 50 ਕਿਲੋਮੀਟਰ ਦੇ ਅੰਦਰ ਜਿਹ ਉਹਦਾ ਸਰਕਲ ਹੈ ਜੇ 50 ਕਿਲੋਮੀਟਰ ਅੰਦਰ ਉਹ ਇੱਕ ਸਰਵਿਸ ਦੇ ਰਹੀ ਹੈ ਬਸ ਤੇ ਉਹਦੇ ਤੇ ਫਿਰ ਇਹ ਕਾਨੂੰਨ ਜਿਹੜਾ 564/12/2006/12 CE ਜਿਹੜਾ ਇਹ ਲਾਗੂ ਨਹੀਂ ਹੋਣਾਗਾ ਇਧਰ ਉਸ ਕੈਂਪ ਵੀਰ ਆਇਆ ਜਿਵੇਂ ਮੈਂ ਸਭ ਤੋਂ ਪਹਿਲੇ ਉੱਤੇ ਤੁਹਾਨੂੰ ਦੱਸਿਆ ਸੀ ਵੀ ਕੋਲੀ ਐਕਸਕਲੂਸਿਵੀ ਚਾਹੁੰਦੇ ਨਾ ਹੈ ਆ ਗਏ ਨੇ ਵੀ ਰੈਗੂਲAMENTE ਇ ਰੈਗੂਲਿ ਇ ਰੈਗਲAMENTE ਨੰਬਰ 564/12/2006/12 CE ਜਿਹੜਾ ਇਨ ਮੈਟੀਰੀਆ ਡੋਰਟਾ ਮੈਕਸਿਮਾ ਦੀ ਗੀਦਾ ਮੈਕਸਿਮਮ ਜਿਹੜਾ ਡਰਾਈਵ ਕਰਨ ਦਾ ਟਾਈਮ ਹੈਗਾ ਨੋਨ ਸੀ ਐਪਲੀਕਾਨੀ ਅਪਲਾਈ ਹੋਣਗਾ ਇਕ ਅੰਦੁਚੈਂਤੇ ਦੀ ਵਿਕੋਲੀ ਲਾ ਵਿਲੋਚਿਤਾ ਮੈਕਸਿਮਾ ਅਥੋਰਾਈਜ਼ਾਤਾ ਦੀ 40 ਕਿਲੋਮੀਟਰ ਪਰ ਹਾਅਰ ਗੱਡੀ ਦੇ ਡਰਾਈਵਰ ਜਿਹੜੇ ਨੇ ਜਿਨ੍ਹਾਂ ਦੀ ਗੱਥੀ ਸਪੀਡ ਮੈਕਸਿਮਮ ਅਥੋਰਾਈਜ਼ਡ ਹੈਗੀ ਹੈ 40 ਕਿਲੋਮੀਟਰ ਪਰ ਹਾਅਰ 40 ਕਿਲੋਮੀਟਰ ਪਰ ਹਾਅਰ ਮੈਂ ਤਾਂ ਉਤਰ ਕਹਿੰਦਾ ਜਿਵੇਂ ਕਿ ਫੋਰ ਐਗਜ਼ਾਮਪਲ ਟਰੈਕਟਰ ਹੁੰਦੇ ਨੇ ਜਿਨ੍ਹਾਂ ਦੀ ਮੈਕਸ ਸਪੀਡ 40 ਤੋਂ ਨਹੀਂ ਵੱਧਦੀ ਹੈ ਵੀ ਮੈਕਸਿਮਮ ਸਪੀਡ ਲਿਮਿਟ ਹੁੰਦੀ ਹੈ 40 ਉਹਨਾਂ ਅਗੇ ਨੇ ਵੀ ਜੀ ਇਹ ਰੈਗੂਲੇਮੈਂਟ ਦੇ ਕੋਲ ਜਿਹੜਾ ਹੈ ਨੰਬਰ 504 2006 12 2006 ਬ੍ਰੈਕਟ ਚੀਜ਼ ਜਿਹੜਾ ਹੈ ਇਹ ਕਾਨੂੰਨ ਜਿਹੜਾ ਇਨ ਮਿਟਰੀ ਅਧੁਰਾਤੀ ਮਾਸੀਮਿਤ ਗੀਦਾ ਜਿਹੜਾ ਮਟੀਰੀਅਲ ਮੈਕਸਿਮਮ ਡਰਾਈਵਿੰਗ ਦਾ ਟਾਈਮ ਦੱਸਦਾ ਹੈ ਨੋਨ ਸੀ ਐਪਲੀਕਾ ਨਹੀਂ ਅਪਲਾਈ ਹੋਏਗਾ ਇਹ ਕੰਦੂਚੈਂਤ ਦੀ ਫੋਰਜ਼ ਦੇ ਵਿਕੋਲੀ ਤਲਫੋਰਜ਼ ਆਰੇ ਮਾਤੇ ਫੋਰਜ਼ ਆਰੇ ਮਾਤੇ ਹੁੰਦੀ ਨਹੀਂ ਜੀ ਇੱਕ ਮੈਂ ਤੁਹਾਨੂੰ ਦੱਸਿਆ ਸੀ ਆਰਮੀ ਵਗੈਰਾ ਦੇ ਵਹੀਕਲਸ ਵਗੈਰਾ ਆਰਮੀ ਦੇ ਰਿਲੇਟਿਡ ਜਿਹੜੀਆਂ ਗੱਡੀਆਂ ਹੋਣਗੀਆਂ ਨਾ ਉਹ ਗੱਡੀਆਂ ਤੇ ਵੀ ਇਹ ਕਾਨੂੰਨ ਲਾਗੂ ਨਹੀਂ ਹੋਣਾ ਇਸ ਕਰਕੇ ਇਹ ਵੀ ਦਰਸ਼ਕਾਂ ਤੇ ਪਿਆਰ ਹੋਇਆ ਐਗਨੇ ਬੇ ਇਨੋਰਮਾਟਿਵਾ ਵਿਜੈਂਤੇ ਇਨੋਰਮਾਟਿਵਾ ਜਿਹੜਾ ਕਾਨੂੰਨ ਲਾਗੂ ਹੁੰਦਾ ਹੈ ਇਨ ਮਟੀਰੀਆ ਦੀ ਦੁਰਾਤਾ ਮਾਸੀਮਾ ਦੀ ਗੀਦਾ ਜਿਹੜਾ ਮਟੀਰੀਅਲ ਹੈਗਾ ਦੁਰਾਤਾ ਮੈਕਸਿਮਮ ਟਾਈਮ ਜਿਹੜਾ ਡਰਾਈਵ ਕਰਨੇ ਦਾ ਨੋਨ ਚ ਐਪਲੀਕਾਨੀ ਅਪਲਾਈ ਹੋਣ ਲਗਾ ਇਕ ਅੰਦੁਚੈਂਤੇ ਦੀ ਵਿਕੋਲੋ ਉਤਿਲਿਜ਼ਾਤੀ ਇਨ ਸਿਚੂਐਸਿਓਨੇ ਦੀ ਐਮਰਜੈਂਸਾ ਜਿਹੜਾ ਡਰਾਈਵਰ ਇਸਤੇਮਾਲ ਕਰਦੇ ਸਿਚੂਐਸਿਓਨ ਐਮਰਜੈਂਸੀ ਵਿੱਚ ਇਹਦੀ ਓਪੇਰਾਸੀਓਨੇ ਦੀ ਸਲਵਤਾਜੀ ਔਰ ਆਪਰੇਸ਼ਨ ਸਲਵਤਾਜੀ ਨੂੰ ਕਿਸੀ ਨੂੰ ਬਚਾਉਣ ਲਈ ਸੇਵ ਕਰਨ ਲਈ ਐਮਰਜੈਂਸੀ ਦੀ ਸਿਚੁਏਸ਼ਨ ਵਿੱਚ ਕਿਹੜੀਆਂ ਗੱਡੀਆਂ ਹੁੰਦੀਆਂ ਨੇ ਐਂਬੂਲੈਂਸ ਹੋਗੀ ਬਿਜਲੀ ਦਾ ਲਫੋਕ ਹੋਗੀ ਇਸ ਟਾਈਪ ਦੀ ਜਿਹੜੀ ਗੱਡੀਆਂ ਹੋਣਗੀਆਂ ਜਿਹੜੀਆਂ ਮਦਦ ਕਰਨ ਲਈ ਹੁੰਦੀਆਂ ਨੇ ਉਹ ਗੱਡੀਆਂ ਤੇ ਵੀ ਇਹ ਕਾਨੂੰਨ ਨਰਮਾਟਿਵਾ ਜਿਹੜਾ ਹੈ ਇਹ ਲਾਗੂ ਨਹੀਂ ਹੋ ਲਗਾ ਕਿਨਵੇਂ ਨਰਮਾਟਿਵਾ ਵਿਜੈਂਟ ਜੇ ਲਾਗੂ ਹੁੰਦਾ ਹੈ ਜ਼ਰਤ ਮਾਸੀਮਾ ਦੀ ਗਵਿਦਾ ਨੋਨ ਸਿ ਐਪਲੀਕਾ ਨਹੀਂ ਅਪਲਾਈ ਹੋਣ ਲਗਾ ਅਦਰੂਸ਼ ਕੇਮ ਬੇਰ ਹੋਇਆ ਆ ਗਨੇ ਬੇ ਲ ਨਰਮਾਟਿਵਾ ਵਿਜੈਂਟੇ ਜਿਹੜਾ ਕਾਨੂੰਨ ਲਾਗੂ ਹੁੰਦਾ ਇਨ ਮਿਟੀਰੀਆ ਦੀ ਦੁਰਾ ਤਮਾਸੀਮਾ ਦੀ ਗੀਦਾ ਜਿਹੜਾ ਮਟੀਰੀਅਲ ਹੈਗਾ ਦੁਰਾਤਾ ਮੈਕਸਿਮਮ ਡਰਾਈਵ ਕਰਨੇ ਦਾ ਨੋਨ ਸੇ ਅਪਲਿਗਾਨੀ ਅਪਲਾਈ ਹੋ ਲਗਾ ਇੱਕ ਅੰਦੂਚਾਂਤੇ ਦੀ ਵੀ ਕੋਲੀ ਗੱਡੀ ਦੇ ਡਰਾਈਵਰ ਦੇ ਹੁੰਦਾ ਹੈ ਅਦੀਬੀ ਤਿਆ ਅਦੀਬੀ ਦੀ ਪਰ ਪਰਕੋਰਸ ਪਰਸਕੋਰਸੋ ਸਟਰਾਡਾਲੇ ਜਿਹੜੀ ਸਕੋਰਸੋ ਸਟਰਾਡਾਲੇ ਗੱਡੀਆਂ ਨੇ ਕਿ ოਪੇਰਾਨੋ ਇਨਟਰੋ ਰਿਜੀਓ ਦੀ 100 ਕਿਲੋਮੀਟਰ ਜਿਹੜੇ ਚ 100 ਕਿਲੋਮੀਟਰ ਦੇ ਅੰਦਰ ਨੱਦ ਜਾਂਦੀਆਂ ਨੇ ਪਰ ਦਲਾ ਪ੍ਰੋਪੀਓ ਬਾਸੀ ਦਲਾ ਓਪਰਾਟਿਵਾ ਕਿਉਂਕਿ ਇਹ ਇਹ ਇਹਨਾਂ ਦੀ ਲਿਮਟ ਹੈਗੀ ਹੈ ਮੈਕਸ 100 ਕਿਲੋਮੀਟਰ ਉਹਨਾਂ ਤੇ ਲਾਗੂ ਨਹੀਂ ਹੋਣ ਲਗਾ ਜਿਹੜੀ 800 ਰਸਤੇ ਵਗੈਰਾ ਤਾਂ ਹੋਵੇਗੀ ਜਿਹੜੀ ਕੋਲ ਉਹਦਾ ਰਿਜியோ ਜ਼ਰਾ ਜ਼ਿਆਦਾ ਹੁੰਦਾ ਉਹਦੀ ਥਾਂ ਆਪਰੇਟ ਕਰਨੀ ਜਿਨੇ ਜਿਨੇ ਉਹ ਜ਼ਿਆਦਾ ਹੋਵੇਗੀ ਇਸ ਕਰਕੇ ਉਥੇ ਉਹਨੂੰ ਲਾਗੂ ਹੋਵੇਗਾ ਜੇ 100 ਕਿਲੋਮੀਟਰ ਦੇ ਅੰਦਰ ਰਹਿ ਕੇ ਕੰਮ ਕਰਨਾ ਹੈ ਇਹਦਾ ਏਰੀਆ 100 ਕਿਲੋਮੀਟਰ ਦੇ ਅੰਦਰ ਹੈ ਇਹਦੀ ਰੇਂਜ 100 ਕਿਲੋਮੀਟਰ ਦੇ ਅੰਦਰ ਹੈ ਸਕੋਰ ਸੋਸਤਰਾ ਵਾਲੇ ਜਿਹੜੀ ਗੱਡੀਆਂ ਐਕਸੀਡੈਂਟ ਹੋਏ ਚੱਕ ਕੇ ਲੈ ਜਾਂਦੇ ਨਾ ਉਹਨੂੰ ਸਕੋਰ ਸੋਸਤਰਾ ਦਾ ਲੈ ਕਹਿੰਦੇ ਨੇ ਉਹ ਗੱਡੀਆਂ ਇਸ ਸੁਰਤ ਦੇ ਵਿੱਚ ਉਹਨਾਂ ਤੇ ਅਪਲਾਈ ਨੋਨਸੀ ਅਪਲਾਈ ਕਰਨੀ ਅਪਲਾਈ ਹੋਣ ਲਗਾ ਨਰਮਾਟਿਵਾ 504 12 2006 ਬ੍ਰੈਕਟ CE ਤੇ ਲੋ ਜੀ ਅੱਗੇ ਹੈਗੇ 3 ਨੰਬਰ ਕੁਐਸਚਨ ਇਹ ਲ ਨਰਮਾਟਿਵਾ ਜਿਹੜਾ ਕਾਨੂੰਨ ਵਿਜਨ ਤੇ ਲਾਗੂ ਹੁੰਦਾ ਇਨ ਮਿਟੀਰੀ ਅਦਰਾਟਾ ਮੈਕਸੀਮਾ ਦੇ ਗੀਦਾ ਜਿਹੜਾ ਕਾਨੂੰਨ ਲਾਗੂ ਹੁੰਦਾ ਮੈਕਸਿਮਮ ਡਰਾਈਵ ਕਰਨ ਦੇ ਟਾਈਮ ਤੇ ਕਿਹੜਾ ਲਾ ਕਾਨੂੰਨ ਹੁੰਦਾ ਸੇਮ ਹੋਈ ਕਾਨੂੰਨ ਹੈ ਜਿਹੜਾ ਅਸੀਂ ਪਹਿਲੇ ਵੀ ਗੱਲ ਡਿਸਕਸਿੰਗ ਕਰ ਰਹੇ ਸੀਦੇ ਬਾਰੇ 504 12 2006 12 CE ਕਾਨੂੰਨ ਜਿਹੜਾ ਕਹਿੰਦੇ ਮੈਂ ਨੌਨ ਸੇਪਲੀਕਾ ਨਹੀਂ ਅਪਲਾਈ ਹੋਣਾ ਕੰਦੂਚੈਂਟ ਦੀ ਵੀ ਕੋਲੀ ਜੇ ਗੱਡੀ ਡਰਾਈਵਰ ਹੈਗੇ ਨੇ ਸੋ ਤੋ ਪੋਰਸੀਆ ਪ੍ਰੋਵਾ ਸੁਏਸਟਰਾਦਾ ਦੀ ਰਿਪੇਰਾਸੀਓਨੇ ਮਾਨਾਦਾਂਜੋਨੇ ਰਿਪੇਅਰ ਦੇ ਲਈ ਔਰ ਮੇਨਟੇਨੇਸ਼ਨ ਦੇ ਲਈ ਜੇ ਗੱਡੀ ਹੋਵੇਗੀ ਉਹ ਗੱਡੀ ਤੇ ਵੀ ਕਾਨੂੰਨ ਲਾਗੂ ਨਹੀਂ ਹੋਣਾ ਦਰੁਸ ਕਿੰਬੇ ਬੇਰ ਹੋਇਆ ਐ ਕਹਿੰਦੇ ਬੇ ਇਹ ਨੋਰਮਾਟਿਵਾ ਵਿਜੈਂਟੀ ਜਿਹੜਾ ਕਾਨੂੰਨ ਲਾਗੂ ਹੁੰਦਾ ਜੀ ਦੁਰਾਤਾ ਮਾਸੀਮਾ ਦੀ ਵਿਦਾ ਮੈਕਸਿਮਮ ਡਰਾਈਵ ਕਰਨੇ ਦਾ ਟਾਈਮ ਐ ਨੋਨ ਜੀ ਐਪਲੀਕਾ ਨਹੀਂ ਅਪਲਾਈ ਹੋਣ ਲਗਾ ਇੱਕ ਅੰਦੂਚੈਂਤ ਦੀ ਵੀ ਕੋਲੀ ਮਾਸਾ ਮੈਕਸੀਮਾ ਨੋਨ ਸੁਪਰੀਅਰ 7.5 ਟਨ ਲਾਤੇ ਜਿਹੜਾ ਗੱਡੀ ਦਾ ਵਜ਼ਨ 7.5 ਤੋਂ ਨੀਨ ਸੁਪਰੀਅਰ ਨਾਲੋਂ ਸੂਪਰ ਉੱਪਰ ਨਹੀਂ ਹੈ ਵੀ ਜਿਹੜੀ ਕਿ ਹੁਣ 6.5 ਤੋਂ ਉੱਤੇ ਨਹੀਂ ਹੈ ਨੋਨ ਸੁਪਰੀਅਰ 6.5 ਟਨ ਆਦੀ ਵੀ ਦਾ ਟ੍ਰਾਂਸਪੋਰਟ ਉਹ ਕਿਉਂਕਿ ਟ੍ਰਾਂਸਪੋਰਟ ਕੀਤੀ ਜਾਂਦੀ ਹੈ ਨੋਨ ਕਮਰਸ਼ੀਅਲ ਹੈ ਹੁਣ ਇਹ ਫੋਕਸ ਜ਼ਰੂਰ ਰੱਖਣਾ ਕਿਉਂਕਿ 3.5 ਟਨ ਤੋਂ ਉੱਤੇ ਵਾਲੀ ਗੱਡੀ ਦੇ ਦਾ ਕਾਰਨ ਤਾਂ ਕਿ ਗ੍ਰਾਫਿਕੋ ਜਿਹੜਾ ਹੈ ਉਹ ਆਬਲੀਗਟਰੀ ਹੋ ਜਾਂਦਾ ਹੈ ਲੇਕਿਨ ਇਹ ਕੁਐਸਚਨ ਦਾ ਧਿਆਨ ਰੱਖਣਾ ਕਿ ਨੋਨ ਸੁਪਰੀਓ ਸਾਡੇ ਸਰਤਾਂ ਨਾ ਲੇਕਿਨ ਕਿਹੜੀ ਕਰਾਂ ਅੱਧੀ ਪੀਤਲ ਟਰਾਂਸਪੋਰਟ ਤੋਂ ਨੋਨ ਕਮਰਸ਼ੀਅਲ ਹੈ ਨੋਨ ਕਮਰਸ਼ੀਅਲ ਹੈ ਗੱਡੀ ਹੋਵੇਗੀ ਪਰ ਉਹ ਜੋ ਕੋਜੇ ਦੀ ਪਰ ਉਹ ਜੋ ਤਰ ਪ੍ਰਾਈਵੇਟ ਹੋ ਜੇ ਪ੍ਰਾਈਵੇਟਲੀ ਯੂਜ਼ ਹੋਵੇਗੀ ਪ੍ਰਾਈਵੇਟ ਤੋਂ ਯੂਜ਼ ਹੋਵੇਗੀ ਨੋਨ ਕਮਰਸ਼ੀਅਲ ਗੱਡੀ ਹੈ ਤੇ ਫਿਰ ਉਹਦੇ ਲਈ 7.5 ਤਨ ਤੱਕ ਛੂਟ ਹੈਗੀ ਹੈ ਦਰਸ ਕੇ ਬਿਵੇ ਰਹਾ ਹੈ ਯਾਨੀ ਕਿ ਉਹਨੂੰ ਫਾਲੋ ਜਿਹੜਾ ਕਾਨੂੰਨ ਕਰਨੇ ਦੀ ਲੋੜ ਨਹੀਂ ਪੈਣ ਲੱਗੀ ਹੈ ਵੀ ਦੁਬਾਰਾ ਪੜਨੇ ਪਵੇਗਾ ਕੁਐਸਚਨ ਹੈ ਇਹ ਲ ਨਰਮਾਟਿਵਾ ਜਿਹੜਾ ਕਾਨੂੰਨ ਹੈਗਾ ਵੀ ਜਿਹਨ ਦੀ ਜਲਾਗੂ ਹੁੰਦਾ ਇਮਿਟੀਰੀਆ ਦੀ ਦੁਰਾਤਾ ਮੈਕਸਿਮਾ ਦੀ ਗੁਇਦਾ ਇਮਿਟੀਰੀਆ ਜਿਹੜਾ ਮੈਕਸਿਮਮ ਡਰਾਈਵ ਕਰਨ ਦਾ ਟਾਈਮ ਹੈਗਾ ਨੋਨ ਸੇਪਲੀ ਕਰਨੀ ਅਪਲਾਈ ਹੋਣ ਲਗਾ ਇੱਕ ਅੰਦੂਜਿਆ ਦੀ ਵਿਗੋਲੀ ਦੀ ਮਾਸਾ ਮੈਕਸਿਮਾ ਨੋਨ ਸੁਪਰੀਓਰ 7.2 ਕਿਲੋਨ ਲਾਤੇ 67 ਟਨ ਜਿਹੜਾ ਹੁਣ 7.5 7500 ਕਿਲੋ ਹੋ ਜਾਂਦਾ ਲਾਗੂ ਕਿੱਥੇ ਹੁੰਦਾ ਸੀ ਬਈ ਕਾਨੂੰਨ 3500 ਕਿਲੋ ਤੋਂ ਉੱਤੇ ਸੁਪਰੀਓਰ 3500 ਕਿਲੋ ਯਾਨੀ ਕਿ 13.5 ਟਨ ਤੋਂ ਉੱਤੇ ਲਾਗੂ ਹੋ ਰਿਆ ਸੀ ਲੇਕਿਨ ਇਹਦੇ ਚ ਕੀ ਹੈ ਤੁਹਾਨੂੰ ਇਹ ਗੱਡੀ ਦਸੀ ਸੀ ਅਦੀਪੀਦਲ ਟ੍ਰਾਂਸਪੋਰਟ ਨੋਨ ਕਮਰਸ਼ੀਅਲ ਹੈ ਇਹ ਉਹ ਨੋਨ ਕਮਰਸ਼ੀਅਲ ਗੱਡੀ ਹੈ ਨੋਨ ਕਮਰਸ਼ੀਅਲ ਗੱਡੀ ਹੈ ਜਿਹੜੀ ਇਹ ਦੀ ਕੋਜ਼ੇ ਪਰ ਉਜ਼ੋ ਪ੍ਰਿਵਾਟੋ ਪ੍ਰਾਈਵੇਟਲੀ ਜਿਹੜੀ ਯੂਜ਼ ਹੁੰਦੀ ਹੈ ਇਸ ਗੱਡੀ ਦਾ ਫੋਕਸ ਰੱਖਣਾ ਹੈ ਇਹ ਕੁਐਸਚਨ ਵੇਰ ਹੋਇਆ ਠੀਕ ਹੈ ਅਦਰਵਾਇਜ਼ ਇਹ ਸਾਡੇ ਦਿਨ ਤੋਂ ਤੱਕ ਤੇਲੀ ਗੱਡੀ ਸਾਨੂੰ ਪਤਾ ਜਿਹੜੀ ਸਮਾਨ ਟ੍ਰਾਂਸਪੋਰਟ ਕਰਨ ਵਾਲੀ ਹੋਵੇ ਅਦੀਪੀਦਲ ਟ੍ਰਾਂਸਪੋਰਟ ਹੁੰਦੀ ਹੈ ਉਹ ਅਦੀਪੀਦਲ ਟ੍ਰਾਂਸਪੋਰਟ ਉਹ ਨੋਨ ਕਮਰਸ਼ੀਅਲ ਨਹੀਂ ਹੁੰਦੀ ਉਹ ਠੀਕ ਹੈ ਇਸ ਕਰਕੇ ਧਿਆਨ ਰੱਖਣਾ ਥੋੜਾ ਜਿਹਾ ਕੁਐਸਚਨ ਹੈ ਗਲ ਅਿਕਨੇ ਬਈ ਲਾ ਆਟਰਮਾ ਕੁਐਸਚਨ ਲਾ ਨੋਰਮਾ ਤੀਵਾ ਵਿਜੈਂਤੇ ਜੇਰਾ ਕਾਨੂੰਨ ਲਾਗੂ ਹੁੰਦਾ ਹੈ ਦੀ ਮੈਟੀਰੀਆ ਦੀ ਦੋਰਾਟਾ ਮੈਸੀਮਾ ਗੁਈਦਾ ਮੈਕਸਿਮ ਡਰਾਈਵ ਕਰਨੇ ਟਾਈਮ ਦੇ ਨੈਲਾ ਆਤੋ ਟ੍ਰਾਂਸਪੋਰਟੋ ਦੀ ਮੈ ਚੀਜ ਜੇ ਤੁਸੀਂ ਟ੍ਰਾਂਸਪੋਰਟ ਕਰਦੇ ਹੋ ਸਮਾਨ ਸੀ ਐਪਲੀਕਾ ਅਪਲਾਈ ਹੋਵੇਗਾ ਕੰਡੂਜੈਂਤੇ ਦੀ ਵੀ ਕੋਲੀ ਕਨੇ ਗੱਡੀ ਦੇ ਡਰਾਈਵਰ ਦੇ ਉੱਤੇ ਇਹਦੀ ਇਕ ਵਾਲੇ ਸੀ ਐਸੀਮਾ ਸਾ ਮੈਕਸਿਮਾ ਮਸੀਬਲੇ ਕਾਲੇ ਸੀ ਐਸੀਮਾ ਸਾ ਤੇ ਜਾਜ ਲਾਗੂ ਨਹੀਂ ਹੁੰਦਾ ਜੀ ਕਿਉਂਕਿ ਐਸੀ ਤੁਹਾਨੂੰ ਪਤਾ ਸਾਢੇ 13 ਟਨ ਤੋਂ ਉੱਤੇ ਨੂੰ ਲਾਗੂ ਹੁੰਦਾ ਹੈ ਸਾਢੇ 13 ਟਨ ਤੋਂ ਥੱਲੇ ਨੂੰ ਲਾਗੂ ਨਹੀਂ ਹੁੰਦਾ ਕੋਈ ਲਾਸੀ ਵਿੱਚ ਕੋਈ ਵੀ ਆ ਜਾਂਦਾ 2 ਟਨ ਵੀ ਆ ਜਾਂਦਾ 5 ਟਨ ਵੀ ਆ ਜਾਂਦਾ ਇਸ ਕਰਕੇ ਕਿਉਂਕਿ ਸਾਢੇ 10 ਟਨ ਜਾਂ ਬਰਾਬਰ ਹੋਵੇ ਜਾਂ ਥੱਲੇ ਹੋਵੇ ਤਾਂ ਲਾਗੂ ਨਹੀਂ ਹੁੰਦਾ ਇਸ ਕਰਕੇ ਫਾਲਸੋ ਇੱਕ ਅੰਦੁਚੇ ਦੇ ਦੀ ਅਤੋਕਾਰੀ ਜਿਹੜਾ ਟਰੱਕ ਦਾ ਡਰਾਈਵਰ ਹੈਗੇ ਆ ਦੀ ਮਾਸਾ ਮੈਕਸੀਮਾ ਮਸੀਬਲੇ ਇਨਫਰੀਓਰ 3.5 ਨਾਲੇ ਉਨ ਸਾਢੇ 13 ਟਨ ਤੋਂ ਘੱਟ ਹੈ ਜੇ ਬਰਾਬਰ ਵੀ ਹੁੰਦਾ ਨਾ ਫਿਰ ਵੀ ਲਾਗੂ ਨਹੀਂ ਹੁੰਦਾ ਕਹਿੰਦਾ ਇਨਫਰੀਓਰ ਸਾਢੇ 13 ਟਨ ਅਤੋਕਾਰੀ ਟਰੱਕ sono soggetti alla disposizione comunitaria di mitirie di durata massima di guida kenbe jira material hunde durata maximum di guida sul ato di merci kenanbe jira ato trasporto di merci hunde sono soggetto soggetti yani ke yani e vi de vich subject vich hai ne yani ke e vi inu prabhavit karde ne asar andaz karde ne dekho e 3.5 ton de barabar hove ya inferior vè, ਫੀਨੋ ਸਾਡੇ ਡੇਟਾ ਨਵੀਆ ਹਾਵ ਇਨਫਰੀਓਰਿਓ ਵੇ ਉਹਨੂੰ ਪ੍ਰਭਾਵਿਤ ਅਸਰੰਦਾਜ਼ ਨਹੀਂ ਕਰਦਾ ਉਹਨੂੰ ਲਾਗੂ ਨਹੀਂ ਹੁੰਦਾ ਇਹ ਕਾਨੂੰਨ ਉਹ ਲਾਗੂ ਹੁੰਦਾ ਸਾਡੇ 33 ਤੂੰ ਟੈਲੀ ਗੱਡੀ ਨੂੰ ਇਸ ਕਰਕੇ ਇਹ ਵੀ ਕੁਐਸਚਨ ਹੋ ਗਿਆ ਫਾਲਸੋ ਐਗਨੇ ਨੋਰਮਾਟਿਵਾ ਵਿਜੈਂਤੇ ਜੇ ਕਾਨੂੰਨ ਲਾਗੂ ਹੁੰਦਾ ਇਨ ਮੇਟੀਰੀਆ ਮੇਟੀਰੀਆ ਦੀ ਦੋਰਾਟਾ ਮੈਕਸੀਮਾ ਦੀ ਗੁਈਡਾ ਮੈਕਸਿਮਮ ਟਾਈਮ ਹੈਗਾ ਜੇ ਡਰਾਈਵ ਕਰਨੇ ਦਾ ਨਾਲਾ ਤੋਂ ਟ੍ਰਾਂਸਪੋਰਟੋ ਦੀ ਪਰਸੋਨੇ ਜੇ ਬੰਦੇ ਟ੍ਰਾਂਸਪੋਰਟ ਕਰਦੇ ਹੋ ਤੁਸੀਂ ਸੀ ਐਪਲੀਕ ਅਪਲਾਈ ਹੋਵੇਗਾ ਅਲਕੰਦੂਚੇਨ ਤੇ ਦੀ ਆਟੋਬਸ ਕੋਲ ਸੀ ਐਸੀ ਸੀ ਐ ਸਰਵਿਜੋ ਸਵਾਲ ਤੋਂ ਕਹਿੰਦੇ ਆ ਕੰਦੂਜਿਆਂ ਦੀ ਆਟੋਬੱਸ ਆਟੋਬੱਸ ਦੇ ਡਰਾਈਵਰ ਦੇ ਲਈ ਕੁਆਲਿਟੀ ਕੁਆਲਿਟੀ ਸਿਆ ਇਹ ਸਰਵਿਸ ਹੈ ਸਵਾਲ ਤੋਂ ਕੋਈ ਵੀ ਸਰਵਿਸ ਉਹ ਕਰਦੀ ਹੈ ਵੀ ਭਾਵੇਂ 50 ਕਿਲੋਮੀਟਰ ਦੇ ਦਾਇਰੇ ਵਿੱਚ ਹੀ ਕਰ ਰਹੀ ਹੈ ਫਿਰ ਵੀ ਯਾਰ ਜੇ 50 ਕਿਲੋਮੀਟਰ ਦੇ ਦਾਇਰੇ ਵਿੱਚ ਕਰ ਰਹੀ ਹੈ ਤਾਂ ਫਿਰ ਉਹਨੂੰ ਇਹ ਨਰਮਤੀ ਵਜਲਾ ਕਾਨੂੰਨ ਹੈ ਇਹ ਲਾਗੂ ਨਹੀਂ ਹੁੰਦਾ ਜਿਹੜਾ ਪੰਜਾਬ ਸਰਕਾਰ 12 2006 12 ਕੀ ਇਹਦਾ ਕਾਨੂੰਨ ਹੈ ਜੇ 50 ਕਿਲੋਮੀਟਰ ਦੇ ਅੰਦਰ ਉਹ ਵਾਸੇ ਸਰਵਿਸ ਕਰ ਰਹੀ ਤੋਂ ਤੇ ਲਾਗੂ ਨਹੀਂ ਹੋਣ ਲੱਗਾ ਇਸ ਕਰਕੇ ਕੁਐਸਚਨ ਫਾਲਸ ਹੋ ਅਗਨੇ ਵੀ ਲੇ ਨੋਰਮੇ ਕਮਿਊਨਿਟਰੀ ਜਿਹੜੇ ਨੋਰਮੇ ਕਮਿਊਨਿਟਰੀ ਕਮਿਊਨਿਟਰੀ ਦੇ ਯਾਨੀ ਕਿ ਯੂਰਪੀਅਨ ਯੂਨੀਅਨ ਦੇ ਜਿਹੜੇ ਕਾਨੂੰਨ ਨੇ ਇਨ ਮਟੀਰੀਆ ਯਾਨੀ ਕਿ 500 ਉਹਦੇ ਦੀ ਗੱਲ ਕਰ ਰਹੇ ਨੇ 504 12 2006 12 CE ਦੀ ਮਟੀਰੀਆ ਦੌਰਾਨ ਤਮਾਸੀ ਮਦੀ ਵਿਦਾ ਮੈਕਸਿਮਮ ਡਰਾਈਵ ਕਰਨ ਦਾ ਜਿਹੜਾ ਟਾਈਮ ਹੈਗਾ ਨੋਨ ਚ ਐਪਲੀਕ ਕਰਨੀ ਅਪਲਾਈ ਹੋਣਾਗਾ ਕੰਦਚੰਤ ਦੀ ਹੱਦ ਤੱਕ ਉਹ ਸੱਤ ਬਸ ਡਰਾਈਵਰ ਨੂੰ ਇਨ ਸਰਵੀਜ਼ ਰੈਗੂਲਾਰੀ ਦੀ ਲੀਨੀਆ ਜਿਹੜੇ ਰੈਗੂਲਰਲੀ ਸਰਵਿਸ ਕਰਦੇ ਨੇ 21 ਪਰਕੋਰਸ ਨੋਨ ਸੁਪਰ ਆਦੀ ਲਈ 80 ਕਿਲੋਮੀਟਰ ਪਰ ਹਵਰ ਜੇ ਇੱਥੇ ਪਰਕੋਰਸ ਸੁਪਰ ਉੱਪਰ ਨਹੀਂ ਹੁੰਦਾ 80 ਕਿਲੋਮੀਟਰ ਪਰ ਹਵਰ ਤੋਂ ਤੇ ਨੋਨ ਸੀ ਐਪਲੀਕਾ ਨਹੀਂ ਅਪਲਾਈ ਹੋਣ ਲਗਾ ਗਲਤ ਕਿਨਵੇਂ ਫਾਲਸ ਹੋਇਆ ਕਿਉਂ ਨਹੀਂ ਅਪਲਾਈ ਹੋਣ ਲਗਾ ਹੋਵੇਗਾ ਅਪਲਾਈ ਕਿਉਂਕਿ 50 ਕਿਲੋਮੀਟਰ ਤੇ ਬੱਸ ਨੂੰ ਛੂਟ ਹੈਗੀ ਹੈ 80 ਕਿਲੋਮੀਟਰ ਨੂੰ ਛੂਟ ਜਾਂ ਬਚਤ ਨਹੀਂ ਹੈਗੀ ਕਿਉਂਕਿ ਇਹ ਆ ਬੱਸ ਵੀ ਹੋਵੇਗੀ ਮੈਕਸਿਮਮ 50 ਕਿਲੋਮੀਟਰ ਦੇ ਦਾਰੇ ਵਿੱਚ ਚਲਦੀ ਹੈ ਫਿਰ ਛੂਟ ਹੋਵੇਗੀ ਇਨਕੇ ਨੋਰਮਾਟਿਵ ਜਿਹੜਾ ਟੈਕੋਗ੍ਰਾਫ ਹੋ ਜਿਹੜਾ ਉਹਦਾ ਆਬਲੀਗਟਰੀ ਨਹੀਂ ਹੋਣਾ ਲਗਾ ਜੇ 50 ਤੋਂ ਉੱਤੇ ਹੈ ਜਰੀ ਗਲੇ 50 ਤੋਂ 80 ਤੇ 50 ਤੋਂ ਉੱਤੇ ਹੀ ਹੁੰਦਾ ਨਹੀਂ ਸਰਕੇ ਲਾਗੂ ਹੋਣਾ ਸੀ ਫਾਲਸੋ ਇਨ ਨੋਰਮਾਟਿਵ ਵਿਜੈਂਟੇ ਮੇਦੀ ਰਿ ਡੋਰਾਂਟੇ ਮੈਕਸੀਮਾ ਡਿਵੀਡਾ ਜਿਹੜਾ ਕਾਨੂੰਨ ਲਾਗੂ ਹੁੰਦਾ ਹੈ ਦੁਰਾਤਾ ਮੈਕਸੀਮਮ ਡਰਾਈਵ ਜਿਹੜਾ ਹੈ ਡਰਾਈਵ ਕਰਨੇ ਦਾ ਨੋਨ ਸੀ ਐਪਲੀਕਾ ਨਹੀਂ ਅਪਲਾਈ ਹੋਣ ਲਗਾ ਇੱਕ ਅਨੁਚੇ ਦੀ ਵੀ ਕੋਲੀ ਲਾ ਕੀ ਵੇਲੋਚਿਤਾ ਮੈਕਸੀਮਾ ਅਟੋਰੀਜ਼ਾਤਾ ਦੀ 50 ਕਿਲੋਮੀਟਰ ਪਰ ਹਵ ਕੈਨਨ ਪੇ ਨੋਨ ਸੀ ਐਪਲੀਕਾ ਨਹੀਂ ਅਪਲਾਈ ਹੋਣ ਲਗਾ ਕੰਦੁਜੇ ਇਹ velocity ਦਾ ਮੈਕਸਿਮਮ ਤੁਰਜ਼ਾਤਾ 50 ਕਿਲੋਮੀਟਰ ਜਿਹੜੀ ਮੈਕਸਿਮਮ ਚੱਲਣ ਵਾਲੀ 50 ਕਿਲੋਮੀਟਰ ਪਰ ਹਵ। ਇਹ ਕੁਐਸਚਨ ਜਿਹੜਾ ਬੜਾ ਕਨਫਿਊਜ਼ ਕਰਨ ਵਾਲਾ ਹੈ ਕਿਉਂਕਿ ਮੈਕਸਿਮਮ ਸਪੀਡ ਨੂੰ ਜਿਹਨੂੰ ਛੂਟ ਮਿਲਦੀ ਹੈ ਨਾ ਕੰਸੈਸ਼ਨ ਮਿਲਦੀ ਹੈ ਉਹ ਹੈਗੀ ਹੈ 40 ਜਿਹੜੀ 40 ਕਿਲੋਮੀਟਰ ਪਰ ਹਵ ਮੈਕਸ ਚੱਲਣ ਵਾਲੀਆਂ ਗੱਡੀਆਂ ਨੇ ਭਾਵੇਂ ਸਾਡੇ ਦਿਨਾਂ ਤੋਂ ਤੇ ਵੀ ਹੋ ਜਾਣ ਉਹਨਾਂ ਨੂੰ ਛੂਟ ਮਿਲਦੀ ਹੈ 50 ਨੂੰ ਨਹੀਂ ਮਿਲਦੀ ਕਿਉਂਕਿ 40 50 40 ਨੂੰ ਜ਼ਿਆਦਾ ਹੁੰਦਾ ਇਸ ਕਰਕੇ ਫਾਲਸ ਹੈ। ਲਾ ਨਰਮਾਟਿਵਾ ਵਿਜੈਂਤੇ ਜੇ ਲਾ ਕਾਨੂੰਨ ਲਾਗੂ ਹੁੰਦਾ ਦੀ ਇਨ ਮੈਟੀਰੀਆ ਦੀ ਦੁਰਾਤ ਤਮਾਸੀਮਾ ਦੀ ਵੀਦਾ ਜੇ ਲ ਮੈਟੀਰੀਅਲ ਹੈਗੇ ਮੈਕਸਿਮਮ ਡਰਾਈਵ ਕਰਨੇ ਦਾ ਟਾਈਮ ਦੇ ਸੀ ਐਪਲੀਕਾ ਅਪਲਾਈ ਹੋਵੇਗਾ ਇੱਕੰਦੂਚੈਂਤੇ ਦੀ ਵਿਕੋਲੋ ਦੀ ਵਿਜਲੀ ਦਲਫੋਕੋ ਕਿਨੇ ਕੰਦੂਚੈਂਤੇ ਜੇ ਡਰਾਈਵਰ ਹੈਗਾ ਵਿਜਲੀ ਦੇ ਦਲਫੋਕੋ ਵਿਜਲੀ ਦੇ ਦਲਫੋਕੋ ਹੁੰਦਾ ਅਗ ਬੁਝਾਨ ਵਾਲਾ ਅਗ ਬੁਝਾਨ ਵਾਲਾ ਹੋਵੇਗਾ ਤਾਂ ਉਹਨੂੰ ਥੋੜੀ ਲਾਗੂ ਹੋਵੇਗਾ ਅਬ ਵਿਜਲੀ ਦੇ ਦਲਫੋਕੋ ਜੇ ਹੋਵੇਗੀ ਤਾਂ ਉਹਨੂੰ ਇਹ ਕਾਨੂੰਨ ਲਾਗੂ ਨਹੀਂ ਹੋਵੇਗਾ ਇਹ ਕਹਿੰਦੇ ਨੇ ਪਾ ਲਾਗੂ ਹੋਵੇਗਾ ਕੁਐਸਚਨ ਹੋ ਗਿਆ ਗਲਤ ਕੁਐਸਚਨ ਹੋ ਗਿਆ ਫਾਲ ਅਗੇੰਦਰ ਬੀਜੀ ਲਾ ਨੋਰਮਾਟਿਵਾ ਜਿਹੜਾ ਕਾਨੂੰਨ ਹੈ ਵਿਜੇਨ ਤੇ ਲਾਗੂ ਹੁੰਦਾ ਹੈ ਇਨ ਮਟੀਰੀਆ ਦੀ ਮੋਡੋਰਾਟਾ ਮਾਸੀਮਾ ਦੀ ਗੁਈਦਾ ਮੈਕਸਿਮਮ ਡਰਾਈਵ ਕਰਨ ਦਾ ਜਿਹੜਾ ਟਾਈਮ ਹੈਗਾ ਨੋਨ ਸੀ ਐਪਲੀਗਾ ਨੀ ਅਪਲਾਈ ਹੋਣਗਾ ਇਕਨ ਦੂਜਿਆਂ ਤੇ ਦੀ ਵੀ ਕੋਲੀ ਸুই ਕੁਆਲੀ ਇ ਕਰੋਨੋਟਾਕੋਗ੍ਰਾਫੋ ਡਰਾਈਵਰ ਗੱਡੀ ਦੇ ਉੱਤੇ ਜਿਹਦਾ ਕੋਨੋਨੋਟਾਕੋਗ੍ਰਾਫ ਹੋ ਸਿਆ ਏਸਟਾਟੋ ਸੋਟੋਪੋਸਟੋ ਅ ਰਿਵੀਜ਼ਿਓਨੇ ਪ੍ਰੀ ਡਿਕਾ ਜੀ ਦੀ ਰਿਵੀਜ਼ਿਨ ਜਿਹੜੀ ਹੈ ਪੀਰੀਓਡ ਵਾਈਜ਼ ਹੋਈ ਹੋਵੇ ਰਿਵੀਜ਼ਿਓਨੇ ਪੀਰੀਓਡ ਵਾਈਜ਼ ਹੋਈ ਹੋਵੇ ਕਹਨੇ ਪੇ ਜਿਹੜਾ ਕਾਨੂੰਨ ਹੈ ਜਿਹੜਾ ਕਾਨੂੰਨ ਹੈ durata e non attiva evidente che nebe già lagu honda kanun materia durata massima di guida maximum drive karne da time non si applica ni apply hon laga kan dusiyan de vi goli gaddi de driver de utte quale karo no tacograph ho sia sottoposto a revisione periodica ke di period wise revision hundi hoye revision e karani lazmi hundi hai o hor concept hai lekin e kanun lagu honda e bilkul alag alag concept hai theek hai revision apni than te karani hundi hai ਇਦਾਂ ਇਹ ਮਤਲਬ ਰਿਵੀਜ਼ਨ ਕਰਾ ਲਈਏ ਤਾਂ ਤੁਸੀਂ ਇਹ ਕਾਨੂੰਨ ਨੂੰ ਫਾਲੋ ਨਹੀਂ ਕਰਨਾ ਹੈ ਵੀ 504 12 2006 12 C ਨੂੰ ਯਾਨੀ ਕਰੋਨੋਟਾਗੋਗ੍ਰਾਫ ਯੂਜ਼ ਨਹੀਂ ਕਰਨਾ ਇਹਨਾਂ ਚੀਜ਼ਾਂ ਨਹੀਂ ਕਰਨੀਆਂ ਇਹਦਾ ਉਹਨਾਂ ਕੋਈ ਤੱਲਕ ਹੀ ਨਹੀਂ ਹੈ ਇਸ ਕਰਕੇ ਇਹ ਨਿਹਾਇਤ ਫਜ਼ੂਲ ਤਰੀਕ ਨਿਕਲ ਕੀਤੇ ਨੇ ਗਲਤ ਗੱਲ 'ਤੇ ਫਾਲਸ ਹੋਇਆ ਤੇ ਲੋਜੀ 6 ਨੰਬਰ ਚੈਪਟਰ ਦਾ ਪਹਿਲਾ ਪਾਰਟ ਸੀ ਇਹ ਤੇ ਮੇਰੀ ਹੌਸਲਾ ਵਜ਼ਾਈ ਦੇ ਲਈ ਜੇ ਵੀਡੀਓ ਵਧੀਆ ਲੱਗਿਆ ਪੋਰਾ ਵੀ ਵਧੀਆ ਲੱਗਦੀ ਹੈ ਵਧੀਆ ਲੱਗਦੀ ਹੈ ਤੇ ਯਾਰ ਲਾਈਕ ਜ਼ਰੂਰ ਕਰਿਆ ਕਰੋ ਮੇਰੀ ਹੌਸਲਾ ਵਜ਼ਾਈ ਹੋਵੇ ਔਰ ਸ਼ੇਅਰ ਕਰੋ ਉਹਨਾਂ ਬੰਦਿਆਂ ਨੂੰ ਜਿਹੜੇ ਕਹਿੰਦੇ ਸੀ ਜੀ ਕੁਝ ਕੁਝ ਮੁਸ਼ਕਲ ਹੈ ਅਜੇ ਵੀ ਆਸਾਨ ਨਹੀਂ ਹੋਇਆ ਤਾਂ ਦੱਸੋ ਕਿਵੇਂ ਹੋਵੇਗਾ ਤੁਹਾਡਾ ਸਨ ਹੈ ਮਿਲਾਂਗੇ ਵੀਡੀਓ ਵੀ ਤਦ ਤੱਕ ਲਈ ਜਾਸ ਦਿਓ ਫੇ ਅਮਾਨਲਾ